3-7-98 ਮਿਲਾਉਣਾ ਔਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਣਾ ਔਰ ਆਪਣੀ ਖੂਬਸੂਰਤ ਗੱਲਬਾਤ ਸਾਡੇ ਤਾਈਂ ਅਤੇ ਆਪਣੇ ਸੋਹਣੇ ਸੱਜਣਾ ਬੇਲੀਆਂ ਅਤੇ ਮਿੱਤਰਾਂ ਤਾਈਂ ਪੜ੍ਹਾ ਸਕਣਾ। ਫੋਨ ਕੀਤਾ ਕਰੋ, ਤੁਹਾਡੇ ਫੋਨਾਂ ਦੀਆਂ ਉਡੀਕਾਂ ਰਹਿੰਦੀਆਂ ਸਨ, ਖੂਬਸੂਰਤ ਗੱਲਾਂ ਬਾਤਾਂ ਦੀਆਂ ਤੁਹਾਡੀਆਂ ਸਨ ਸਿੱਕਾਂ ਔਰ ਸਦਰਾਂ ਰਹਿੰਦੀਆਂ। ਇਸ ਤੋਂ ਇਲਾਵਾ ਤੁਸੀਂ ਸਾਨੂੰ ਜਨਾਬ ਆਹਮੋ ਸਾਹਮਣੇ ਵੇਖ ਵੀ ਸਕਦੇ ਹੋ, ਸੁਣ ਵੀ ਸਕਦੇ ਹੋ, ਉਹਦੇ ਵਾਸਤੇ ਸਾਡਾ ਫੇਸਬੁੱਕ ਪੇਜ ਮੌਜੂਦ ਹੈ। ਸੋਸ਼ਲ ਮੀਡੀਆ ਰਾਹੀਂ ਜਿਹੜੇ ਸਾਡੇ ਨਾਲ ਦੋਸਤ ਸੱਜਣ ਜੁੜੇ ਹੋਏ ਉਹਦੇ ਵਾਸਤੇ ਜਨਾਬ ਤੁਹਾਨੂੰ ਫੇਸਬੁੱਕ ਪੇਜ ਵੀ ਦੱਸ ਦਿੰਦੇ ਹਾਂ, ਕੈਂਪਸ ਰੇਡੀਓ FM 98.2 ਸਰਗੋਧਾ ਯੂਨੀਵਰਸਿਟੀ। ਇਸ ਪੇਜ 'ਤੇ ਜਾ ਕੇ ਜਿਤਨਾ ਕਿਤਨਾ ਇਸ ਪੇਜ ਨੂੰ ਲਾਈਕ ਕਰੋ ਔਰ ਪ੍ਰੋਗਰਾਮ ਨੂੰ ਦੋਸਤੋ ਸ਼ੇਅਰ ਲਾਜ਼ਮੀ ਕੀਤਾ ਕਰੋ। ਸ਼ੇਅਰ ਕਰਨ ਨਾਲ ਇਹ ਹੁੰਦਾ ਕਿ ਸਾਡੀ ਜਿਹੜੀ ਇਹ ਰਹਿਤਲ ਹੈ, ਸਾਡੇ ਰਹਿਤਲ ਦੇ ਜ਼ਿਆਦਾ ਤੋਂ ਜ਼ਿਆਦਾ ਵਸੇਬੀਆਂ ਤੱਕ ਕੱਪੜਦੀ ਹੈ, ਰਹਿਤਲ ਦੇ ਵਸਨੀਕਾਂ ਤੱਕ ਪਹੁੰਚਦੀ ਹੈ। ਤਾਂ ਹਸਬੇ ਰਵਾਇਤ ਸਾਡਾ ਇੱਕ ਸਿਲਸਿਲਾ ਹੈ ਜਿਹੜਾ ਅਸੀਂ ਤੁਹਾਡੇ ਕੋਲੋਂ ਕੋਈ ਰਹਿਤਲ ਦੀ ਆਪਣੀ ਗੱਲ ਪੁੱਛਦੇ ਹਾਂ, ਕੋਈ ਚੀਜ਼ ਪੁੱਛਦੇ ਹਾਂ, ਕੋਈ ਲਫ਼ਜ਼ ਪੁੱਛਦੇ ਹੁੰਦੇ ਹਾਂ। ਅਤੇ ਅੱਜ ਜਿਹੜਾ ਅਸੀਂ ਤੁਹਾਡੇ ਕੋਲੋਂ ਇੱਕ ਲਫ਼ਜ਼ ਸਮਝ ਲਓ ਪੁੱਛਣਾ ਹੈ ਅਸਾਂ ਤੁਹਾਡੇ ਕੋਲ, ਅਤੇ ਉਹ ਦੱਸਣਾ ਹੈ ਕਿ ਉਹਦੇ ਮਾਨੇ ਕਿਵੇਂ ਹਨ ਔਰ ਉਹ ਸ਼ਹਿ ਕਿਵੇਂ। ਤਾਂ ਜਨਾਬ ਅੱਜ ਤੁਸੀਂ ਦੱਸਣਾ ਹੈ ਕਿ ਕੁਫਤਾ ਕਿਹੜੀ ਸ਼ੈ ਨੂੰ ਆਖੀਂਦਾ, ਇਹਦੇ ਮਾਨੀ ਕੀ ਹਨ ਜਨਾਬ, ਕਿ ਕੁਫਤਾ ਇਹ ਦੱਸਣਾ ਹੈ ਜਨਾਬ ਕਿ ਤੁਸੀਂ ਕੁਫਤਾ ਕਿਹੜੀ ਚੀਜ਼ ਹੈ। ਔਰ ਮੈਂ ਜਨਾਬ ਮਜ਼ੀਦ ਜਿਹੜਾ ਤਾਂ ਸ਼ਾਹ ਸਾਹਿਬ ਹੋਰਾਂ ਕੋਲ ਤੁਹਾਨੂੰ ਥੋੜ੍ਹੀ ਜਿਹੀ ਇਮਦਾਦ ਵੀ ਲੈ ਦਿੰਦਾ, ਉਹਨਾਂ ਸ਼ਾਹ ਸਾਹਿਬ ਤੁਹਾਡੀ ਮਦਦ ਵੀ ਕਰਦੇ ਨੇ ਇਸ 'ਤੇ, ਚਾਨਣ ਪਾ ਕੇ ਥੋੜ੍ਹਾ ਬਹੁਤ ਜਿਹੜਾ ਸਵਾਲ ਹੁੰਦਾ, ਜਿਹੜਾ ਕੋਈ ਲਫ਼ਜ਼ ਹੁੰਦਾ, ਤਾਂ ਸ਼ਾਹ ਸਾਹਿਬ ਕੋਲ ਵੀ ਪੁੱਛਦੇ ਹਾਂ। ਸ਼ਾਹ ਜੀ, ਕੁਫਤਾਂ ਜਿਹੜੀਆਂ ਇਹਦੇ 'ਤੇ ਕੋਈ ਥੋੜ੍ਹਾ ਜਿਹਾ ਚਾਨਣ ਪਾ ਕੇ ਅਤੇ ਆਪਣੇ ਦੋਸਤਾਂ ਨੂੰ ਦੱਸੋ ਚਾ ਜਿਨ੍ਹਾਂ ਨੂੰ ਨਹੀਂ ਪਤਾ। ਰਾਜ ਜੀ, ਗੱਲ ਹੈ ਕਿ ਸਭ ਤੋਂ ਪਹਿਲੇ ਤਾਂ ਸੰਗਤਾਂ ਵਾਸਤੇ ਢੇਰ ਸਾਰੀਆਂ ਦੁਆਵਾਂ ਕਿ ਅੱਲਾ ਕਰੀਮ ਕਰੇ ਹਰ ਬੰਦਾ ਖੈਰ ਵਾਫੀਅਤ ਨਾਲ ਰਹੇ, ਅਤੇ ਮੌਸਮ ਜਿਹੜਾ ਬੜਾ ਢੇਰ ਸਾਰਾ ਖਚਕਿਆ ਹੋਇਆ ਨੇ, ਸੱਜਣਾ ਬੱਚੋ ਆਖੋ ਮੇਰੇ ਯਾਰ ਪੁੱਤ ਕੋ ਦੁੱਸਾ ਸ਼ੁੱਸਾ ਲੈ ਲਵੇ ਆਇਓ ਜਿਹੜੇ ਬੁਰੜੇ ਬੰਦੇ ਹੋ, ਮੇਰੀ ਅੱਜ ਤਬੀਅਤ ਖਚਕਣ ਲੱਗ ਪਈ ਆਈ ਫਿਰ ਹੀ ਚੰਗੇ ਜਨਾਬ, ਜਿੱਡਾ ਮੋਟਾ ਬਾਂਟਾ ਨਹੀਂ ਹੁੰਦਾ, ਏਡੇ ਏਡੇ ਜਨਾਬੇ ਵਾਲਾ ਦਾਣੇ ਪਏ ਨੂੰ ਚੰਦਰਾ ਪਿਆ ਜੀ, ਉਹ ਚੰਦਰੇ ਪਏ ਨੇ ਤਕਰੀਬਨ ਕੋ 5-10 ਮਿੰਟਾਂ ਤੋਂ ਬਾਅਦ ਵਤਕਣੇ ਵੀ ਏਡੇ ਏਡੇ ਗਿਆ। ਅੱਛਾ, ਇਹ ਮਤਲਬ ਉਹਨਾਂ ਜਾ ਟੇਲ ਫੈਸਲਾਬਾਦ ਰੋਡ, ਫੈਸਲਾਬਾਦ ਰੋਡ ਉਹਦੇ 'ਤੇ ਨੇ ਤਕਰੀਬਨ ਨਾ ਕੁਛ ਫੈਰੀ 10-1 ਮਿੰਟ ਨਾ ਚੰਗਾ ਕੁੱਟਿਆ ਸੋ। ਮਾਮਲਾ ਇਹ ਕਿ ਤੇ ਆਪਣੇ ਆਪ ਨੂੰ ਬਚਾਇਓ ਸੱਜਣੋ, ਅਤੇ ਜਿਹੜਾ ਮਤਲਬ ਹੈ ਕਿ ਇਹ ਗੱਲਾਂ ਨੇ ਛੇਕੜ 'ਤੇ ਕਰਨ ਵਾਲੀਆਂ, ਲੇਕਿਨ ਜਿਹੜੀ ਗੱਲ ਚੰਗੀ ਹੋਵੇ ਭਾਵੇਂ ਉਹ ਛੇਕੜ 'ਤੇ ਹੋਵੇ ਭਾਵੇਂ ਭੈੜਾ ਹੋਵੇ, ਉਹ ਕਰ ਦੇਣੀ ਚਾਹੀਦੀ। ਮੱਛਰ ਜਿਹੜਾ ਹੈ ਨਾ ਉਹ ਚੰਗੀਆਂ ਵੱਡੀਆਂ ਮੋਟੀਆਂ ਮੱਖੀਆਂ ਜਿੱਡਾ ਹੁੰਦਾ ਪੈਂਦਾ, ਉਹ ਲਓ ਪੀ ਪੀ ਕੇ ਭੈੜੇ ਤਾਂ ਸਾਡੇ 'ਚ ਰੱਤ ਹੈ ਕੋਈ ਨਾ, ਅਤੇ ਜਿਹੜੀ ਮਾਸਾ ਹੈ ਨਾ ਉਹ ਚੂਸ ਚੂਸ ਕੇ ਤਾਂ ਜਨਾਬ ਵਾਲਾ ਉਹ ਸੋਚ ਸੋਚ ਕੇ ਨਾ ਐਡੇ ਐਡੀਆਂ ਐਡੀਆਂ ਮੋਟੀਆਂ ਬਣਿਆ ਬੈਠਾ ਪ੍ਰਧਾਨ। ਹਾਂ, ਅਤੇ ਇੱਦਾਂ ਤੋਂ ਬੱਚੋ ਬਿਰਾਵਾਂ ਵੀ ਨਾ। ਅਤੇ ਜਿਹੜੀ ਗੱਲ ਖੁਫਤਾਂ ਦੀ ਵੀ ਗੱਲ ਕਰਦੇ ਹਾਂ, ਅਤੇ ਅੱਜ ਚੰਨ ਦੀ ਹੋ ਗਈ ਹੈ ਦਾ, ਯਾਨੀ ਕਿ ਸ਼ਵਾਲ ਜਿਹੜਾ ਹੈ ਉਹ ਅੱਜ ਦਾਹ ਡੰਗਾਂ ਦਾ ਹੋ ਗਿਆ ਹੋਇਆ, ਅਤੇ ਅਪ੍ਰੈਲ ਹੋ ਗਈ ਹੈ 19 ਅੱਲਾ ਦੇ ਹੁਕਮ ਨਾਲ, ਅਤੇ ਵਿਸਾਖ ਜਿਹੜਾ ਉਹ 6 ਤਾਰੀਖ, ਅਤੇ ਕੱਲ੍ਹ ਅੱਲਾ ਪਾਕ ਦੇ ਫਜ਼ਲ ਦੇ ਨਾਲ ਜਨਾਬ ਲਾਹੌਰ ਦੇ ਵਿੱਚ ਪਿਲਾ ਕੇ ਕਦਾਰਾ ਹੈ ਪੰਜਾਬੀ ਜ਼ਬਾਨ ਅਦਬ ਦੇ ਵਧਾ ਵਾਸਤੇ, ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਨੇ ਪੰਜਾਬੀ ਇਕੱਠੇ ਹੋ ਰਹੇ ਨੇ, ਜਿਹੜਾ ਕਿ ਵਾਈਵਾਣਾ ਦੇ ਨਾਲ ਰਲ ਕੇ ਕੋਈ ਗੱਲਬਾਤ ਕਰਨ 'ਤੇ ਚੰਗਾ ਭਰਵਾਂ ਪ੍ਰੋਗਰਾਮ ਹੋ ਰਿਹਾ, ਮਹਿਫਲ ਮੁਸ਼ਾਇਰਾ ਵੀ ਉਹ ਸੀ, ਮਿਰਜ਼ਾ ਜੱਟ ਅੱਛਾ ਡਰਾਮਾ ਵੀ ਵਿਖਾਇਆ ਜਾਸੀ ਔਰ ਮਤਲਬ ਲਾਈਵ, ਉਸ ਤੋਂ ਬਾਅਦ ਹੀਰ ਗਾਇਕੀ ਵੀ ਹੋਵੇਗੀ, ਮੁਸ਼ਾਇਰਾ ਜਿਹੜਾ ਪੂਰੇ ਪੰਜਾਬ ਵਿੱਚੋਂ ਮੁਖਤਲਿਫ ਸ਼ੁਰਾਏ ਕਰਾਮ ਹੋਣਗੇ,
ਤੇ ਪਤਾ ਨਹੀਂ ਸਾਡੇ ਸਰਗੋਧੇ ਚੋਂ ਪਤਾ ਨਹੀਂ ਕਿਹੜਾ ਬੰਦਾ ਬਈ ਸੀ। ਹਾਂਜੀ ਨਾਮਜ਼ਦ ਤਾਂ ਅਲਹਮਦੁਲਿਲਾ ਜਨਾਬ ਬੰਦਾ ਇਹਨਾਂ ਚੀਜ਼ ਜਾਜ਼ਰਾਜ ਵੀ ਹੋਏ ਹੋਏ ਨੇ ਔਰ ਮੋਮਿਨ ਸ਼ਾਹ ਸਾਹਿਬ ਜਿਨ੍ਹਾਂ ਦਾ ਸਾਰਾ ਕੀਤਾ ਧਰਿਆ ਔਰ ਜਨਾਬ ਮੀਆਂ ਨਸਰ ਰਾਂਝਾ ਸਾਹਿਬ ਇਨ ਕਲੀਆ ਰਾਜ਼ੀ ਕਲੀਆਰ ਸਾਹਿਬ ਇਨ ਜਨਾਬ ਇੱਕ ਹੋਰ ਨਾਂ ਜਿਹੜਾ ਤਾਂ ਸਫਦਰ ਰਸ਼ੀਦ ਸਫਦਰ ਔਰ ਜ਼ੁਬੈਰ ਭੱਟੀ ਪੰਜ ਛੇ ਲੋਕ ਜਿਹੜੇ ਨੇ ਇਹਨਾਂ ਨੂੰ ਉਹਨਾਂ ਜਨਾਬ ਸੱਦਾ ਦਿੱਤਾ ਮਤਲਬ ਹੈ ਕਿ ਆਖਿਆ ਬਈ ਤੁਸੀਂ ਸਾਡੇ ਕੋਲ ਆਉਣਾ ਵੇਖੋ ਜੇ ਤੇ ਮੌਸਮ ਦਾ ਮਤਲਬ ਮਾਮਲਾ ਜਿਹੜਾ ਹੈ ਔਰ ਫਿਰ ਕੁਛ ਮਸਾਇਲ ਮਸਲੇ ਮਸਾਇਲ ਹੁੰਦੇ ਨਾ ਇੱਕ ਤੇ ਸਾਰਿਆਂ ਤੋਂ ਵੱਡਾ ਮਸਲਾ ਤੇ ਮੈਂ ਨਹੀਂ ਆਖਾਂਗਾ ਕਿ ਜ਼ਿੰਦਗੀ ਦੇ ਹਾਲਾਤ ਹਨ ਕੱਲ ਸੈਕਿੰਡ ਈਅਰ ਦੀਆਂ ਬੱਚੀਆਂ ਜਿਹੜੀਆਂ ਨੇ ਉਹਨਾਂ ਦੇ ਪੇਪਰ ਸ਼ੁਰੂ ਨੇ ਹਾਂ ਤੇ ਉਹ ਤਾਂ ਇੰਝ ਕਿ ਕਾਫੀ ਲੋਕ ਜਿਹੜੇ ਨੇ ਬਲਕਿ ਮੇਰੇ ਖਿਆਲ ਹਰ ਘਰ ਹੀ ਜਿਹੜਾ ਹੈ ਨਾ ਜੀ ਉਹ ਮਤਲਬ ਮੈਂ ਆਪ ਇਸ ਹੱਦ ਤੱਕ ਮਸਰੂਫ ਹਾਂ ਕਿ ਮੈਂ ਹੱਲ ਵੀ ਨਹੀਂ ਸੋ ਸਕਦਾ ਬਿਲਕੁਲ ਪਰ ਅੱਲਾ ਕਰਸੀ ਕੋਸ਼ਿਸ਼ ਕਾਢ ਕੇ ਤੇ ਜਨਾਬ ਇਹ ਬੜਾ ਵੱਡਾ ਤਿਉਹਾਰ ਹੈ ਜੀ ਅੱਛਾ ਸਾਡਾ ਅੱਛਾ ਸ਼ਾਹ ਜੀ ਮੈਂ ਤੁਹਾਨੂੰ ਵਿਸਾਖੀ ਦਾ ਤਿਉਹਾਰ ਹੈ ਨਾ ਤੇ ਮੇਰੇ ਕੋਲ ਇੱਕ ਖੁਫਤਾਂ ਦੀ ਤੁਸੀਂ ਗੱਲ ਕੀਤੀ ਤਾਂ ਮੈਂ ਆਖਿਆ ਜ਼ਰਾ ਕਿ ਤੁਸੀਂ ਆਖਦੇ ਕੋਈ ਚਾਨਣ ਦੀ ਗੱਲ ਕਰਦੇ ਹਾਂ ਪਹਿਲੀ ਤਾਂ ਛੇਕੜੀ ਗੱਲ ਹੈ ਕਿ ਮੇਰਾ ਦਿਲ ਹੈ ਕਿ ਬਈ ਅੱਜ ਚਾਨਣ ਜਿਹੜਾ ਨਾ ਖੁਫਤਾ ਵੇਲੇ ਹੀ ਕਰਸਾਂ ਮਤਲਬ ਜਿਹੜਾ ਉਸ ਵੇਲੇ ਤੇ ਉਹ ਇਹ ਹੈ ਲਾਹੌਰ ਦੇ ਵਿੱਚ ਵਿਸਾਖੀ ਮੇਲਾ ਜਾਂ ਵਿਸਾਖੀ ਮੇਲਾ ਤੇ ਮੇਰੇ ਅੱਗੇ ਅੱਜ ਇੱਕ ਬੜਾ ਖੂਬਸੂਰਤ ਜਿਹਾ ਨਾ ਸਾਡੇ ਅਫਜ਼ਲ ਪੰਜਾਬੀ ਸਾਹਿਬ ਨੇ ਉਹਨਾਂ ਦੀਆਂ ਬੜੀਆਂ ਖੂਬਸੂਰਤ ਅੱਛਾ ਅੱਛਾ ਅਫਜ਼ਲ ਪੰਜਾਬੀ ਅੱਛਾ ਅੱਜ ਨਾ ਉਹਨਾਂ ਦਾ ਇੱਕ ਪੋਸਟ ਆਈ ਮੇਰੇ ਸਾਹਮਣੇ ਤੇ ਉਹਨਾਂ ਦਾ ਲਿਖਿਆ ਆਈ ਉਮੈਰ ਇਕਬਾਲ ਉਮੈਰ ਸਾਹਿਬ ਨੇ ਉਹਨਾਂ ਦਾ ਇੱਕ ਸ਼ੇਰ ਆਈ ਅੱਛਾ ਉਮੈਰ ਇਕਬਾਲ ਦੇ ਬਾਰੇ 'ਚ ਮੈਂ ਤੁਹਾਨੂੰ ਦੱਸਾਂ ਉਹ ਜਨਾਬ ਪਾਕਿਸਤਾਨ ਵਾਪਡਾ ਦੇ ਵਿੱਚ ਐਸ ਟੀ ਇੰਜੀਨੀਅਰ ਆ ਉਸ ਤੋਂ ਬਾਅਦ ਇਹ ਮੈਂ ਗੱਲ ਕਰ ਰਿਹਾ ਪੰਜਾਂ ਚੌਵਾਂ ਸਾਲਾਂ ਪਹਿਲਾਂ ਦੀ ਅਫਸਰ ਹੋ ਗਿਆ ਸੋ ਵੱਡਾ ਸਰ ਅਫਸਰ ਭਰਤੀ ਹੋਇਆ ਬਕਾਇਦਾ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਆ ਅਤੇ ਸਾਡੇ ਪੰਜਾਬੀਆਂ ਦੇ ਬੜਾ ਇਕੱਠ 'ਚ ਰਲਣਾ ਅਤੇ ਉਹ ਅੱਲਾ ਕੀਤਾ ਜਨਾਬ ਉਹ ਵਾਪਡਾ ਦਾ ਇਸ ਵੇਲੇ ਚੰਗਾ ਵੱਡਾ ਅਫਸਰ ਹੈ ਲੇਕਿਨ ਉਹਦੇ 'ਚ ਅਫਸਰਿਆ ਹੀ ਕੋਈ ਨਹੀਂ ਪੰਜਾਬੀ ਦਾ ਅਸੀਂ ਵੀ ਇਕੱਠ ਕਰਨਾ ਹੈ ਨਾ ਉਹਨੂੰ ਛੜਾ ਸੁਨੇਹਾ ਦੇਣਾ ਉਹ ਸਾਰੇ ਕੰਮ ਛੱਡ ਕੇ ਆਵਣ ਸ਼ਾਹ ਜੀ ਅਤੇ ਉਹਦਾ ਬੜਾ ਖੂਬਸੂਰਤ ਇੱਕ ਜਿਹੜਾ ਨਾ ਸ਼ੇਰ ਮੈਂ ਤੁਹਾਡੇ ਜਨਾਬ ਮੈਂ ਗੋਸ਼ ਗੁਜ਼ਾਰ ਕਰ ਰਿਹਾ ਕਿ ਆਈ ਵਿਸਾਖੀ ਗਾਹ ਖਿਲਵਾੜੇ ਉੱਚੇ ਬੋਹਲ ਬਣਾਵਾਂ ਅੱਛਾ ਆਈ ਵਿਸਾਖੀ ਗਾਹ ਖਿਲਵਾੜੇ ਉੱਚੇ ਬੋਹਲ ਬਣਾਵਾਂ ਛੱਜ ਮੇਰੇ ਦਾ ਘੁੰਗਰੂ ਛਣਕੇ ਰਜ ਰਜ ਭੰਗੜੇ ਪਾਵਾਂ ਇਹ ਉਮੈਰ ਇਕਬਾਲ ਉਮੈਰ ਉਮੈਰ ਇਕਬਾਲ ਇਹ ਕਿਉਂਕਿ ਨਾ ਆਈ ਵਿਸਾਖੀ ਗਾਹ ਖਿਲਵਾੜੇ ਉੱਚੇ ਬੋਲ ਬਣਾਵਾਂ ਛੱਜ ਮੇਰੇ ਦਾ ਘੁੰਗਰੂ ਛਣਕੇ ਰਜ ਰਜ ਭੰਗੜੇ ਪਾਵਾਂ ਇਹ ਮਹਿਫਿਲ ਮੁਸ਼ਾਇਰਾ 'ਚ ਵੀ ਪੜਿਆ ਹਾਂ ਬਿਲਕੁਲ ਅਤੇ ਸ਼ਾਹ ਜੀ ਕੁਫਤਾਂ ਵੇਲੇ ਦੀ ਜਿਹੜਾ ਤਾਂ ਤੁਹਾਨੂੰ ਮੈਂ ਦੱਸਿਆ ਵੇ ਕੁਫਤਾਂ ਲਫ਼ਜ਼ ਦੱਸਿਆ ਅਤੇ ਉਹ ਤੁਸੀਂ ਬੜਾ ਖੂਬਸੂਰਤ ਚਾਨਣਾ ਪਾ ਛੱਡਿਆ ਮੇਰੇ ਖਿਆਲ ਸਾਰਿਆਂ ਵਾਸਤੇ ਜਿਹੜਾ ਹੈ ਨਾ ਜੀ 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 ਅਤੇ ਗੱਲ ਕਰਨੀ ਅੱਜ ਸ਼ਾਹ ਜੀ ਕੁਛ ਲਫ਼ਜ਼ ਹਨ ਪੰਜਾਬੀ ਦੇ ਜਿਵੇਂ ਕਿ ਹੁਣ ਕੁਫਤਾ ਸਾ ਪੁੱਛਿਆ ਨਾ ਇਸੇ ਤਰੀਕੇ ਸਾਡੇ ਕੁਛ ਐਸੇ ਲਫ਼ਜ਼ ਹਨ ਜਿਹੜੇ ਕਿ ਅਸੀਂ ਬੋਲਦੇ ਹਾਂ ਲੇਕਿਨ ਉਹ ਸਾਡੇ ਅੱਜ ਦੀ ਨਸਲ ਜਿਹੜੀ ਹੈ ਨਾ ਉਹਨਾਂ ਦੀ ਸਮਝ 'ਚ ਨਹੀਂ ਆਉਂਦੇ ਤਾਂ ਪੰਜਾਬੀ ਲੋਕ ਰਹਿਤਲ ਪ੍ਰੋਗਰਾਮ ਜਿਹੜਾ ਅਸੀਂ ਕਰਦੇ ਬੈਠੇ ਹਾਂ ਤਾਂ ਇਸੇ ਡੀਵੇ ਵਾਸਤੇ ਬੈਠੇ ਹਾਂ ਕਿ ਬਾਲ ਕੇ ਕੋਈ ਆਪਣੀ ਨਸਲ ਜਿਹੜੀ ਇਸ ਨੂੰ ਵੀ ਚਾਨਣ ਦਿੱਤਾ ਜਾਵੇ ਜਿਹੜੀ ਭੁੱਲਦੀ ਪੈਂਦੀ ਹਾਂ ਭੁੱਲਦੀ ਪੈਂਦੀ ਅਤੇ ਮੈਂ ਨਾ ਥੋੜ੍ਹੇ ਥੋੜ੍ਹੇ ਇੰਝ ਲਫ਼ਜ਼ ਜਿਹੜੇ ਨੇ ਤਾਂ ਉਹ ਦੱਸਿਆ ਸਾਂ ਕਿ ਕੁਛ ਪੰਜਾਬੀ ਦੇ ਉਹਨਾਂ ਦੇ ਜਿਹੜੇ ਲਫ਼ਜ਼ ਹਨ ਉਹਨਾਂ ਨੂੰ ਪੰਜਾਬੀ ਦੇ ਵਿੱਚ ਕੀ ਆਖਿਆ ਜਾਂਦਾ ਤਾਂ ਸਾਰਿਆਂ ਤੋਂ ਪਹਿਲੇ ਸ਼ਾਹ ਜੀ ਦੁਕਾਨ 75% ਬਲਕਿ 80-90% ਲੋਕ ਪੰਜਾਬੀ ਜਿਹੜੇ ਨੇ ਉਹ ਵੀ ਦੁਕਾਨ ਹੁਣ ਆਖਣ ਲੱਗ ਪਏ ਹਾਲਾਂਕਿ ਹੱਟੀ ਆਈ ਅੱਛਾ ਦੁਕਾਨ ਦੇ ਜਿਹੜੇ ਮਾਨੀ ਹਨ ਉਹ ਹੱਟੀ ਹੱਟੀ ਮਤਲਬ ਪੁਰਾਣੀ ਸਾਡੀ ਅਗਰ ਰਹਿਤ ਵਿੱਚ ਲੱਗੇ ਜਾਵੀਏ ਤਾਂ ਉਸ ਨੂੰ ਸਦੇਂ ਦੇਣ
ਹੱਟੀ। ਅੱਛਾ ਅੱਗੇ ਆ ਗਿਆ ਜੀ ਤਾਲਾ। ਹਾਂ ਤਾਲਾ ਜਿਹੜਾ ਲਫ਼ਜ਼ ਹੈ ਸ਼ਾਹ ਜੀ, ਇਸ ਨੂੰ ਵੀ 90% ਲੋਕ ਜਿਹੜੇ ਨਾ ਵਰਤਦੇ ਨੇ। ਉਹ ਆਪਣੀ ਅਗਰ ਤੁਸੀਂ ਚੱਕਾ ਪਿੰਡਾਂ ਥਾਵਾਂ 'ਤੇ ਲੱਗੇ ਵੰਜੋ ਤਾਂ ਤਾਲੇ ਨੂੰ ਤਾਲਾ ਹੀ ਸੱਦੇ, ਜਦਕਿ ਪੁਰਾਣੇ ਦੌਰ 'ਚ ਇਹਨੂੰ ਸਾਡੇ ਵਡੇਰੇ ਸੱਦੇ ਹਨ ਜੰਦਰਾ। ਅਤੇ ਅੱਗੇ ਆ ਗਿਆ ਜਨਾਬ ਦਰਵਾਜ਼ਾ। ਹਾਂ ਇਹਨੂੰ ਵੀ ਪੰਜਾਬੀ ਦੇ ਵਿੱਚ ਹੁਣ ਦਰਵਾਜ਼ਾ ਹੀ, ਉਰਦੂ ਵਿੱਚ ਵੀ ਅਤੇ ਪੰਜਾਬੀ ਦੇ ਵਿੱਚ ਵੀ ਲੋਕ ਦਰਵਾਜ਼ਾ ਹੀ ਦਰਵਾਜ਼ਾ ਆਖਣ ਲੱਗ ਪਏ, ਅਤੇ ਪੁਰਾਣੇ ਬੂਹ ਆਖਦੇ ਬੂ ਆਖਦੇ ਹਨ ਬਿਲਕੁਲ। ਇਹ ਅੱਛਾ ਇਹ ਅੱਜ ਦੀ ਨਸਲ ਤੱਕ ਹੀ ਅਸੀਂ ਜਿਹੜਾ ਅੱਛਾ ਹੁਣ ਰੋਸ਼ਨਦਾਨ। ਹਾਂ ਮੇਰੇ ਖਿਆਲ ਦੇ ਮੁਤਾਬਿਕ ਇੱਕ ਐਸੀ ਚੀਜ਼ ਹੈ ਜਿਹੜੀ ਅੱਜ ਦੇ ਜਿਹੜੀ ਨਸਲ ਹੈ ਨਾ ਸ਼ਾਹ ਜੀ, ਇਸ ਨੂੰ ਨਾ ਉਰਦੂ ਦੇ ਵਿੱਚ ਪਤਾ ਹੈ ਰੋਸ਼ਨਦਾਨ ਦਾ ਅਤੇ ਨਾ ਪੰਜਾਬੀ 'ਚ ਪਤਾ ਹੈ। ਉਹ ਉਹਨੂੰ ਬਾਰੀਆਂ ਹੀ ਸੱਦਦੇ ਨੇ ਬਈ ਛੋਟੀ ਬਾਰੀ ਅਤੇ ਵੱਡੀ ਬਾਰੀ ਜੇ ਗੱਲ ਲੈ ਕੇ ਗੱਲ। ਅੱਛਾ ਇਸ ਨੂੰ ਹੁਣ ਸੱਦੇ ਆਉਂਦੇ ਹਨ ਜਾਲਾ, ਜਾਲਾ ਰੋਸ਼ਨਦਾਨ ਨੂੰ ਜਾਲਾ ਸੱਦੇ ਆਉਂਦੇ ਹਨ। ਅੱਛਾ ਅੱਗੇ ਜਨਾਬ ਇਹ ਵੀ ਇੱਕ ਜਿਹੜਾ ਮੈਂ ਹੁਣ ਲਫ਼ਜ਼ ਦੱਸਣ ਲੱਗਾ ਨਾ ਸ਼ਾਹ ਜੀ, ਇਸ ਦਾ ਵੀ ਅੱਜ ਦੀ ਨਸਲ ਨੂੰ ਐਡਾ ਜ਼ਿਆਦਾ ਕੋਈ ਨਹੀਂ ਪਤਾ। ਅੱਛਾ ਤਾਂ ਰਜ਼ਾਈ ਲੇਪ, ਹਾਂ ਇਸ ਨੂੰ ਪੁਰਾਣੇ ਦੌਰ ਦੇ ਵਿੱਚ ਅਤੇ ਅੱਜ ਵੀ ਕੋਈ ਨਹੀਂ ਪਤਾ ਕਿ ਰਜ਼ਾਈ ਕੇ ਸ਼ਾ, ਕਿਉਂ ਕੰਬਲਾਂ ਦਾ ਦੌਰ ਹੈ ਅਤੇ ਅੱਜ ਦੀ ਨਸਲ ਨੂੰ ਬਸ ਇਹ ਹੀ ਆਖਣਾ ਜੀ ਉਹਨਾਂ ਨੂੰ ਦੱਸਣਾ ਨਾ ਰਜ਼ਾਈ ਤੋਂ ਪਿੰਡਾਂ ਥਾਵਾਂ ਤੱਕ ਤਾਂ ਮਹਦੂਦ ਹੈ ਅਜੇ ਤੱਕ ਜ਼ਿੰਦਾ ਹੈ ਅਲਹਮਦੁਲਿਲਾ ਸਾਰੇ ਸੱਦੇ, ਲੇਕਿਨ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਆਖਣਾ ਨਾ ਸਭ ਪੁੱਛ ਦੱਸਣਾ ਬੱਚਿਆਂ ਕੋਲੋਂ ਕਿ ਰਜ਼ਾਈ ਕਿਨੂੰ ਤੋਂ ਆਖਦੇ ਜੀ, ਉਹ ਕਿਹੜੀ ਚੀਜ਼ ਹੁੰਦੀ ਹੈ ਕੰਬਲ ਸਾਰੇ। ਹਾਂ ਅਤੇ ਹੁਣ ਹੋਰ ਵੀ ਇੱਕ ਸਦੀ ਦਾ ਆਈ, ਸੌੜ ਵੀ ਸਦੀ ਦਾ ਆਈ, ਰਜ਼ਾਈ ਤੁਲਾਈ ਦੋਵੇਂ ਆਤੇ ਬਿਲਕੁਲ ਥੱਲੇ ਗੱਤਣ ਵਾਲੀ ਤੁਲਾਈ ਹੋਈ, ਹਾਂ ਉੱਤੇ ਲੈਣੇ ਵਾਲੀ ਰਜ਼ਾਈ ਹੋ ਗਈ, ਅਤੇ ਆਮ ਲੋਕ ਤੇ ਵੀ ਯਾਦ ਨੇ ਉਹ ਕੋਈ ਠੜ ਦਾ ਮੌਸਮ ਨੇ ਕੋਈ ਲੇਪ ਸ਼ੇਪ ਦਿਓ ਮੇਰੇ ਉੱਤੇ। ਅੱਛਾ ਅੱਛਾ ਹੁਣ ਡਾਕਟਰ, ਹਾਂ ਇੰਗਲਿਸ਼ ਦਾ ਵੀ ਲਫ਼ਜ਼ ਹੈ। ਅੱਛਾ ਉਰਦੂ ਦੇ ਵਿੱਚ ਵੀ ਇਹਨੂੰ ਡਾਕਟਰ ਸੱਦੇ, ਲੇਕਿਨ ਅਸਾਂ ਜਦੋਂ ਪੰਜਾਬੀ 'ਚ ਵਰਤੇ ਹੁੰਦੇ ਅਸੀਂ ਤੈਨੂੰ ਸੱਦੇ ਹੁੰਦੇ ਅਸੀਂ ਡਾਕਟਰ ਡਾਂਗਦਾਰ ਵੀ ਆਦੇ ਆ ਡਾਕਟਰ। ਅੱਛਾ ਇਹ ਵੀ ਅੱਜ ਦਾ ਨਹੀਂ ਪਤਾ। ਔਰ ਅਗਲੀ ਗੱਲ ਇੱਕ ਮੈਂ ਇੱਥੇ ਛੋਟੀ ਜਿਹੀ ਇੱਕ ਹੋਰ ਗੱਲ ਕਰ ਜਾਵਾਂ, ਮੈਂ ਐਡਾ ਪੜ੍ਹਿਆ ਲਿਖਿਆ ਕੋਈ ਨਹੀਂ, ਅਸਲ ਲਫ਼ਜ਼ ਜਿਹੜਾ ਨਾ ਉਹ ਹਕੀਮ ਹੈ ਜਿੱਦਾਂ ਤਿਬ ਦੇ ਨਾਲ ਨਹੀਂ ਹਕਮਤ ਦੇ ਨਾਲ ਤਲਕ ਹੈ ਨਾ, ਬਿਲਕੁਲ ਨਹੀਂ ਜੇ ਗੱਲ ਸ਼ਾਹ ਜੀ। ਲੇਕਿਨ ਇੱਕ ਕੁਝ ਇੰਨਾ ਮਤਲਬ ਹੈ ਕਿ ਦੇਸੀ ਜਿਸ ਇਲਾਜ ਕਰਨਾ ਉਹਨੂੰ ਹਕੀਮ ਸੱਦਣਾ ਹੈ, ਜਿਸ ਐਲੋਪੈਥੀ ਦਾ ਇਲਾਜ ਕਰਨਾ ਮਤਲਬ ਹਕਮਤ ਦੇ ਨਾਲ ਜਿਸ ਦਾ ਤਲਕ ਹੈ, ਉਹ ਤਾਂ ਸੰਨਿਆਸੀ ਵੀ ਸੱਦਦੇ ਨਾ ਹਕੀਮ ਵੀ ਸੱਦਿਆ ਤਾਂ ਡਾਕਟਰ ਤਾਂ ਮੁੜ ਅੱਜ ਕੱਲ੍ਹ ਹੋਰ ਵੀ ਬਥੇਰੀਆਂ ਨਸਲਾਂ ਦੇ ਹੈਗਾ। ਅੱਛਾ ਜਿਹੜੀ ਕੁਰਸੀ ਹੈ, ਹਾਂ ਇਹਨੂੰ ਵਰਤਿਆ ਜਾਂਦਾ ਹੀ ਆਪਣੀ ਪੰਜਾਬੀ ਦੇ ਵਿੱਚ, ਇਹਨੂੰ ਖੁਰਸੀ ਸੱਦੇ ਹੁੰਦੇ ਹਨ ਅਜੇ ਤੱਕ ਵੀ ਸਾਡੇ ਕਈ ਇਲਾਕਿਆਂ ਦੇ ਵਿੱਚ ਇਹਨੂੰ ਖੁਰਸੀ ਸੱਦੇ। ਸਿਰ ਕੁਰਸੀ ਲਫ਼ਜ਼ ਤਾਂ ਮੈਨੂੰ ਨਿੱਕੇ ਹੁੰਦੇ ਮਾਰ ਵੀ ਪਈ ਹੈ। ਅੱਛਾ ਫਾਰਸੀ ਪੜ੍ਹਦੇ ਹੁੰਦੇ ਆਸੇ ਅਤੇ ਮੈਨੂੰ ਆਉਂਦਾ ਨਾ ਪਿਆ ਉਹ ਜਿਹੜਾ ਜੁਮਲਾ ਹਾ, ਅਤੇ ਉਹ ਘਰ ਆ ਕੇ ਬਾਬੇ ਹੋਰਾਂ ਨੂੰ ਮੈਂ ਆਖਿਆ ਤੂੰ ਨਾ ਆਖਿਆ ਇੰਝ ਨਹੀਂ ਤੈਨੂੰ ਸਮਝ ਲੱਗਣੀ, ਉਹਨੇ ਮੈਨੂੰ ਘਰ ਦੇ ਨਾਲ ਖੜਾ ਕੀਤਾ ਬਿਲਕੁਲ ਸਟੇਟ ਲਾ ਕੇ, ਤਾਂ ਨਾ ਕਹਿ ਲਿਆਉਣ ਥੱਲੇ ਆਉਣ ਲੱਗ ਪਓ। ਅੱਛਾ ਜਿਸਲੇ ਜਿਵੇਂ ਕੁਰਸੀ ਯਾਰ ਸ਼ਕਲ ਬਣ ਗਈ ਨਾ ਮੇਰੀ, ਉਹਨਾਂ ਕਹਿ ਲਿਆ ਹੁਣ ਬੂਹੀ 'ਤੇ ਹੱਥ ਨਹੀਂ ਲਾਉਣਾ। ਅੱਛਾ ਅਤੇ ਲੈ ਪਹਾੜ ਈ ਸੰਦਲੀ ਦਬੀਰ ਅਸਤ, ਇਹ ਕੁਰਸੀ ਮਾਸਟਰ ਹੋਰਾਂ ਦੀ ਹੈ, ਲੈ ਮੇਰੇ ਪੋਤਰੇ ਦੋਤਰੇ ਹੋ ਗਏ ਮੈਂ ਨੋ ਭੁੱਲੀ ਹੈ। ਅਤੇ ਉਹ ਸ਼ਾਹ ਜੀ ਜਿਵੇਂ ਤੁਸੀਂ ਫਰਮਾਇਆ ਨਾ ਉੱਤੇ ਲੈ ਕਰਕੇ ਆਏ ਹੋ ਤੁਸੀਂ, ਤਾਂ ਯਾਰ ਇੱਕ ਲਫ਼ਜ਼ ਮੈਂ ਵੀ ਯਾਦ ਹੈ ਕਿ ਆ ਸਰਦੇ ਮਸਤ। ਹਾਂ ਆ ਸਰਦੇ ਮਸਤ, ਅੱਛਾ ਆ ਸਰਦੇ ਮਸਤ ਕਿ ਅੱਜ ਸਰਦੀ ਹੈ। ਅੱਛਾ ਸ਼ਾਹ ਜੀ ਇੰਜੇ ਆ ਰੱਗਾ ਲੱਗੇ ਅੱਜ ਇਸੇ ਦੇ ਉੱਤੇ ਨਾ ਆਪਣੇ ਪੁਰਾਣੇ। ਅੱਛਾ ਇੱਕ ਮੈਂ ਵਿੱਚ ਗੱਲ ਕਰ ਲਵਾਂ ਵਿੱਚ ਨਾ, ਹਿਰਕ ਚੋਕ ਖਬਰਾਂ ਇਹ ਨੇ ਦੋ ਕਿ ਸਾਡੇ ਬੂਟਾ ਸ਼ਾਕਰ ਹੋ ਰਹੀ ਲਈਆ ਤੋਂ ਨੇ ਬੜੇ ਵੱਡੇ ਸਾਫੀ ਨੇ
ਨੇ, ਬੜੇ ਵੱਡੇ ਅਦੀਬ ਨੇ, ਪੰਜਾਬੀ ਦਾ ਬੜਾ ਵੱਡਾ ਖਿਦਮਤਗਾਰ ਔਰ ਬਹੁਤ ਅੱਛੇ ਲਿਖਾਰੀ ਅਸਾਂ ਇੱਥੇ ਆਏ ਨੇ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ। ਉਹਨਾਂ ਦੇ ਵਾਲਦਾ ਮੋਹਤਰਮਾ ਜਿਹੜੇ ਵਾਲਦ ਸਾਹਿਬ ਖੁਦਾ ਕਰੀ ਕੇ ਰਹਿਮਤ ਕਰੇ ਫੌਤ ਹੋ ਗਏ ਨੇ। ਅਸੀਂ ਸਰਗੋਦੇ ਔਰ ਆਲ ਦੁਆਲ ਦੀਆਂ ਜਿਤਣੀਆਂ ਅਦਬੀ ਤਨਜ਼ੀਮਾਂ ਨੇ ਅਸੀਂ ਉਹਨਾਂ ਦੇ ਦੁੱਖ ਵਿੱਚ, ਕਿਉਂਕਿ ਉਹ ਬ੍ਰਾਡਕਾਸਟਰ ਵੀ ਨੇ, ਉਸ ਤੋਂ ਬਾਅਦ ਸ਼ਾਇਰ ਵੀ ਨੇ, ਸਾਫ਼ੀ ਵੀ ਨੇ, ਅਤੇ ਬਸ ਦੂਜਾ ਸਾਡਾ ਇੱਕ ਹੋਰ ਸਰਗੋਦੇ ਦੀ ਹਸਤੀ ਆਈ, ਉਰਦੂ ਲਿਖਣ ਵਾਲੇ ਦੋਸਤ ਆ, ਗੋਲ ਚੌਕ 'ਚ ਉਹਨਾਂ ਦੀ ਦੁਕਾਨ ਆਈ, ਉਹਨਾਂ ਦੀ ਮਿਸਿਜ਼ ਫੌਤ ਹੋ ਗਈ, ਖੁਦਾ ਬੰਦੇ ਕੁਦੂਸ ਦੀ ਕਰੀਮ ਜ਼ਾਤ ਉਹਨਾਂ ਦਾ ਆਗਾ ਸੌਖਾ ਕਰੇ। ਯੂਸਫੀ ਸਾਹਿਬ, ਹਾਂਜੀ, ਖਾਲਿਦ ਯੂਸਫੀ ਸਾਹਿਬ, ਯੂਸਫੀ ਸਾਹਿਬ। ਅੱਛਾ ਸ਼ਾਹ ਜੀ, ਅੱਗੇ ਲੱਗੇ ਵਾਂ ਜੀ ਇੰਜੇ, ਅਤੇ ਅੱਜ ਅਸੀਂ ਤੁਹਾਨੂੰ ਦੋਸਤੋ ਦੱਸਦੇ ਬੈਠੇ ਹਾਂ ਕਿ ਅੱਜ ਪੁਰਾਣੇ ਅਤੇ ਅੱਜ ਦੇ ਜਿਹੜੇ ਫਰਕ ਕੀ ਆ, ਫਰਕ ਕੀ ਆ ਲਫ਼ਜ਼ਾਂ ਦੇ ਵਿੱਚ। ਤਾਂ ਜਨਾਬ, ਇੱਕ ਹੋਰ ਜਿਹੜਾ ਪੰਜਾਬੀ ਬੜੇ ਧੜੱਲੇ ਨਾਲ ਲਫ਼ਜ਼ ਬੋਲਦੇ ਨਾ ਅੱਜ, ਅਤੇ ਲੇਕਿਨ ਹੈ ਉਰਦੂ ਦਾ ਲਫ਼ਜ਼ ਹੈ, ਅਤੇ ਉਹਨੂੰ ਥੋੜ੍ਹਾ ਜਿਹਾ ਉਹਨੂੰ ਮਿਲਾਵਟ ਉਹਦੇ 'ਚ ਕਰ ਦਿੰਦੇ ਨੇ ਰੇਹ ਦੀ, ਅਤੇ ਅਸੀਂ ਜਨਾਬ ਸਾਲਣ ਨੂੰ ਬੋਲਦੇ ਹਾਂ ਸਾਲਣ, ਜਬਕਿ ਸਾਡੇ ਵਡੇਰੇ ਜਿਹੜੇ ਨੇ ਇਸ ਨੂੰ ਬੋਲਦੇ ਹਨ ਬਾਜੀ ਅਤੇ ਲਾਉਣ। ਬਾਜੀ ਵੀ ਆਖਿਆ ਜਾਂਦਾ ਹੈ, ਲਾਉਣ ਵੀ ਆਖਿਆ ਜਾਂਦਾ ਹੈ। ਇਹ ਜਿਹੜਾ ਸਾਲਣ ਹੈ ਨਾ, ਇਹ ਬਾਅਦ ਵਿੱਚ ਆਇਆ, ਬਿਲਕੁਲ ਅੜ ਨੂੰ ਲਾ ਕੇ ਨਾ, ਅਸਾਂ ਬਾਹਰ ਕੱਢ ਲਿਆ ਅਸਾਂ, ਅਤੇ ਉਹਨੂੰ ਅਸੀਂ ਬੜਾ ਜਨਾਬ ਉਹ ਕਰਨ ਲੱਗ ਗਏ ਹਾਂ ਕਿ ਜੀ ਅਸਾਂ ਪੰਜਾਬੀ ਦੇ ਵਿੱਚ ਸਾਲਣ, ਹਾਲਾਂਕਿ ਸਾਲਣ ਜਿਹੜਾ ਲਫ਼ਜ਼ ਅਮੂਮਨ ਆਮ ਇਹ ਵੀ ਆਉਂਦਾ, ਹਾਲਾਂਕਿ ਪੱਕਾ ਹੈ ਕੀ ਪੱਕਾ ਬਾਜੀ, ਉਹਦੇ ਵਿੱਚ ਬਾਜੀ ਦਾ ਵੱਧ ਤੋਂ ਅੱਗੋਂ ਦੱਸਣਾ ਕਿ ਫਿਲਹਾਲ। ਅੱਛਾ, ਇੱਕ ਲਫ਼ਜ਼ ਤਰਕਾਰੀ ਵੀ ਹੋਇਆ, ਬਿਲਕੁਲ ਤਰਕਾਰੀ ਵੀ ਉਰਦੂ ਦਾ ਲਫ਼ਜ਼ ਹੈ, ਜਾਂ ਉਹ ਵੀ ਵਰਤਦੇ ਆ ਬਹੁਤ ਸਾਰੇ ਲੋਕ ਜਿਹੜੇ ਪਿੰਡਾਂ ਥਾਵਾਂ ਦੇ ਵਿੱਚ ਨਾ ਮਾਜਰ ਲੋਕ ਰਹਿੰਦੇ ਨੇ। ਸ਼ਾਹ ਜੀ, ਤੁਸੀਂ ਫੌਜ 'ਚ ਰਹੇ ਹੋ ਨਾ? ਨਹੀਂ, ਮੈਂ ਮਾਜਰ ਫੈਮਲੀਆਂ ਜਿਹੜੀਆਂ ਨੇ ਲਫ਼ਜ਼ ਤਰਕਾਰੀ ਫੌਜ ਦੇ ਵਿੱਚ ਤਰਕਾਰੀ ਹੀ ਸੱਦਦੇ ਨੇ। ਹਾਂ, ਮੈਂ ਵੀ ਐਵੇਂ ਚੰਦ ਦਿਹਾੜੇ ਗਲਤੀ ਕੀਤੀ ਆਏ, ਮੈਂ ਵੀ ਕੋਈ 2-2.5 ਮਹੀਨੇ ਰਹੇ ਐਫ ਡਬਲਯੂ ਦੇ ਵਿੱਚ, ਬਸ ਮੈਂ ਵੀ ਐਵੇਂ ਚੰਦ ਦਿਹਾੜੇ ਕਿਦਾਂ ਫੌਜ 'ਚ ਰਹੇ ਹਾਂ। ਅਸੀਂ ਪੁੱਛਦੇ ਹੁੰਦੇ ਆ ਕਿ ਅੱਜ ਤਰਕਾਰੀ ਕੀ ਹੈ ਜੀ। ਅਗਲੀ ਗੱਲ ਹੈ ਕਿ ਮੈਨੂੰ ਤਾਂ ਨਾ ਕਹ ਫੌਜ 'ਚ ਅਦੀਬ ਨਹੀਂ ਹੁੰਦਾ, ਤੂੰ ਵਾਂਝੇ ਦੇ ਕਿਤੇ ਮੂੰਹ ਜਾਏ ਲਗਾ। ਨਹੀਂ, ਮੈਂ ਵੇਖਿਆ ਡਾਕਟਰ ਔਰ ਅੱਜ ਕੱਲ੍ਹ ਸਿਪਾਹੀ ਲੋਕ ਜਿਹੜੇ ਫੌਜੀ ਲੋਕ ਬੜੇ ਜ਼ਬਰਦਸਤ ਲਿਖ ਰਹੇ ਨੇ, ਅਦੀਬ ਚੰਗੇ ਲਿਖ ਰਹੇ, ਬਾਲਰ ਜੀ ਸਾਡਾ ਦੌਰ ਫੌਜੀ ਡਾਢੇ ਲਿਖ ਰਹੇ ਨੇ। ਨਹੀਂ, ਇਹ ਗੱਲਾਂ ਨਾ ਕਰੋ। ਅੱਛਾ, ਨਹੀਂ ਨਹੀਂ, ਉਹ ਤੁਸੀਂ ਹੋਰ ਪਾਸ ਲਿਓ। ਅੱਛਾ ਅੱਛਾ ਸ਼ਾਹ ਜੀ, ਇੱਕ ਅੱਜ ਕੱਲ੍ਹ ਅਸੀਂ ਲਫ਼ਜ਼ ਬੋਲਦੇ ਹਾਂ ਉਰਦੂ ਦੇ ਵੀ ਲਫ਼ਜ਼ ਹੈ, ਅਤੇ ਉਹ ਅਸੀਂ ਆਪਣੀ ਪੰਜਾਬੀ 'ਚ ਸਮੋ ਲਿਆ, ਅਤੇ ਉਹਨੂੰ ਸੱਦਿਆਂ ਅਸੀਂ ਚਪਾਤੀ, ਰੋਟੀ ਹੋ ਗਈ। ਅੱਛਾ, ਇਸ ਨੂੰ ਸਾਡੇ ਅਗਰ ਵੇਖਿਆ ਵੰਜਿਆ ਤਾਂ ਪੁਰਾਣੇ ਦੌਰ ਦੇ ਵਿੱਚ ਚਪਾਤੀ ਨੂੰ ਦਰਾੜੀ ਵੀ ਸੱਦੇ ਆ, ਗੋਗਾ ਵੀ ਸੱਦੇ ਹੁੰਦੇ ਆ। ਗੋਗਾ ਜ਼ਰਾ ਛੋਟੀ ਰੋਟੀ ਜਿਹੜੀ, ਮਤਲਬ ਉਹ ਵੀ ਦਰਾੜੀ ਛੋਟੀ ਰੋਟੀ ਹੀ ਹੁੰਦੀ ਹੈ। ਅੱਛਾ, ਇਸੇ ਤਰੀਕੇ। ਅੱਛਾ, ਇਹਨੂੰ ਫੁਲਕਾ ਵੀ ਆਦੇ ਆ, ਦੋ ਫੁਲਕੇ ਥੱਪਦੇ। ਹਾਂ, ਫੁਲਕੇ, ਬਿਲਕੁਲ ਫੁਲਕੇ। ਉਹ ਫੁਲਕਾ ਤੋਂ ਮੁਰਾਦ ਇਹ ਵੇ ਜਨਾਬ ਕਿ ਉਹ ਬਰੀਕ ਹੁੰਦੀ ਆ ਨਾ, ਬਿਲਕੁਲ ਪਤਲੀ ਜਿਹੀ, ਛੋਟਾ ਜਿਹਾ ਪੇੜਾ ਲੈਣਾ ਤੇ ਉਹਨੂੰ ਗੜ ਗੜ ਕੇ ਇਤਨਾ ਕੁ ਲੈ ਵੰਜਣਾ ਕਿ ਉਹ ਵਾਕਿਆ ਉਹ ਫੁਲਕਾ ਉਹਨੂੰ ਵੀ ਸੱਦੇ। ਅੱਛਾ ਸ਼ਾਹ ਜੀ, ਅੱਗੇ ਆ ਗਿਆ ਜਨਾਬ, ਇਹ ਤਾਂ ਹੈ ਆਪਣਾ ਚਪਾਤੀ ਦੀ ਗੱਲ ਆਈ। ਅੱਛਾ, ਹੁਣ ਜਨਾਬ ਅੱਗੇ ਇੱਕ ਲਫ਼ਜ਼ ਬੋਲਿਆ ਵੈਂਦਾ ਜਨਾਬ, ਉਹ ਵੀ ਅਸੀਂ ਬੜਾ ਧੜੱਲੇ ਨਾਲ ਪੰਜਾਬੀ ਲੋਕ ਬੋਲਦੇ ਹਾਂ, ਲੈ ਹੈ ਉਹ ਉਰਦੂ ਦਾ ਲਫ਼ਜ਼, ਅਤੇ ਅਸਾਂ ਚਾਰਪਾਈ ਸੱਦੇ ਹਾਂ, ਮੰਜੀ ਹੋ ਗਈ। ਅੱਛਾ, ਇਸ ਨੂੰ ਮੰਜੀ ਵੀ ਸੱਦਣ, ਬਾਕੀ ਪਲਗੀਰੀ ਵਗੈਰਾ ਅਤੇ ਇਹ ਮੁਖਤਲਿਫ ਉਹਦੀਆਂ ਮਤਲਬ ਨਸਲਾਂ ਹੋ ਗਈਆਂ ਮੰਜੀ ਦੀਆਂ। ਅੱਛਾ, ਅੱਗੇ ਆ ਗਿਆ ਜਨਾਬ ਕਮੀਜ਼, ਇਹ ਵੀ ਅਸਾਂ ਸਮੋ ਲਿਆ, ਚੋਲਾ ਹੋ ਗਿਆ, ਜੱਗਾ ਹੋ ਗਿਆ, ਬਿਲਕੁਲ ਇਹਨੂੰ ਚੋਲਾ ਸੱਦਿਆ ਵੈਂਦਾ, ਜੱਗਾ ਸੱਦਿਆ ਵੈਂਦਾ, ਲੇਕਿਨ ਇਹ ਵੀ ਅਸੀਂ ਉਰਦੂ ਚੋਂ ਕੱਢਿਆ ਲਫ਼ਜ਼। ਔਰ ਵੱਧ ਇੱਕ ਵੇਖੋ ਜੀ, ਸਾਡਾ ਤਮਦ ਹੁੰਦਾ, ਚਾਦਰ ਹੁੰਦੀ ਆਈ, ਲੁੰਗੀ ਹੁੰਦੀ ਆਈ। ਅੱਛਾ, ਹੁਣ ਲਫ਼ਜ਼ ਸਲਵਾਰ, ਹਾਂ
ਉਰਦੂ ਚੋ ਇਹਨੂੰ ਕੱਢ ਕੇ ਇਹਨੂੰ ਵੰਜਾ ਛੱਡਿਆ ਤੇ ਅਸੀਂ ਸਲਵਾਰ ਸੱਦਣ ਲੱਗ ਗਏ। ਤੇ ਅਸਲ ਜਿਹੜਾ ਇਸਦਾ ਅਸੀਂ ਪੁਰਾਣਾ ਅਗਰ ਵੇਖਿਆ ਜਾਵੇ ਆਪਣੇ ਰਹਿਤਲ ਦੇ ਵਿੱਚ ਤਾਂ ਇਸ ਨੂੰ ਸੁੱਥਣ ਸੱਦੇ, ਬਿਲਕੁਲ ਇੰਜੇ ਗੱਲ। ਤੇ ਅਸਾਂ ਵੇਖੋ ਕਈ ਲਫ਼ਜ਼ ਅਸੀਂ ਉਰਦੂ ਚੋ ਕੱਢ ਕੇ ਉਹ ਵੀ ਵੰਜਾ ਛੱਡੇ। ਔਰ ਫਿਰ ਇੱਕ ਹੋਰ ਕੀਤਾ ਕਿ ਜਿਹੜੇ ਲਫ਼ਜ਼ ਹਨ ਓਰੀਜਨਲ ਜਿਹੜੇ ਅਸਲੀ ਲਫ਼ਜ਼ ਹਨ ਨਾ, ਅਸੀਂ ਉਹਨਾਂ ਦੀ ਤਬਾਹੀ ਕਰਕੇ ਰੱਖ ਛੱਡੀ, ਹਾਲਾਂਕਿ ਅਸਲੀ ਲਫ਼ਜ਼ਾਂ ਦੇ ਵਿੱਚ ਬੜਾ ਸਵਾਦ ਹੀ ਨੇ। ਬਿਲਕੁਲ ਇੰਜੇ ਗੱਲ ਹੈ। ਅੱਛਾ ਸ਼ਾਹ ਜੀ, ਅੱਗੇ ਆ ਗਿਆ ਜਨਾਬ ਤੁਸੀਂ ਇੱਕ, ਇਹ ਵੀ ਅਸਾਂ ਉਰਦੂ ਦੇ ਵਿੱਚੋਂ ਲਫ਼ਜ਼ ਕੱਢ ਲਿਆ, ਅਤੇ ਅਸਾਂ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਵਰਤ ਕੇ ਤਾਂ ਬੜਾ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਅਸਾਂ ਜਨਾਬ ਪੰਜਾਬੀ ਪੈ ਬੋਲਦੇ ਹਾਂ, ਜਦਕਿ ਲਫ਼ਜ਼ ਉਰਦੂ ਦਾ ਝਾੜੂ ਝਾੜੂ ਬੋਕਰੋ, ਇਹਨੂੰ ਬੋਖਰ ਵੀ ਸੱਦਿਆ ਜਾਂਦਾ, ਇਹਨੂੰ ਬੁਹਾਰੀ ਵੀ ਸੱਦਿਆ ਜਾਂਦਾ ਹੈ। ਠੀਕ ਹੋ ਗਿਆ। ਇਹ ਮੈਂ ਅੱਜ ਨਾ ਸ਼ਾਹ ਜੀ ਮੈਂ ਥੋੜ੍ਹਾ ਜਿਹਾ ਇਹ ਕੱਢਿਆ, ਤੁਸੀਂ ਚੰਗਾ ਕੀਤਾ, ਇਹ ਮੈਂ ਵੇਖਿਆ ਕਿ ਅਸੀਂ ਇਹ ਲਫ਼ਜ਼ ਹੈ ਵੋ ਜੇ ਬੋਲ ਕੇ ਨਾ, ਤੇ ਵੱਧ ਅਸੀਂ ਆਦੇ ਜੇ ਅਸੀਂ ਪੰਜਾਬੀ ਬੋਲਦੇ ਪਏ, ਤੁਸੀਂ ਕਿੱਥੋਂ ਪੰਜਾਬੀ ਬੋਲਦੇ ਪਏ, ਅਸੀਂ ਵਜਾਈਂਦੇ ਪਏ ਆ। ਹਾਂ, ਤੇ ਜਦੋਂ ਅਸਾਂ ਹੁਣ ਵੇਖੋ ਇਹ ਵਜ੍ਹਾ ਇਹ ਲਫ਼ਜ਼ ਹਨ ਜਿਹੜੇ ਅਸੀਂ ਆਪਣੀ ਨਸਲ ਨੂੰ ਅਗਲੀ ਨੂੰ ਇਹ ਪੜ੍ਹਾਉਣੇ ਨਾ, ਤੇ ਮੈਂ ਤੁਹਾਨੂੰ ਦੱਸਿਆ ਕਿ ਉਰਦੂ ਦੇ ਲਫ਼ਜ਼ ਕੱਢ ਕੇ ਅਸੀਂ ਵਜਾ ਕੇ ਆਪਣੀ ਨਸਲ ਨੂੰ ਦੱਸਦੇ ਪਏ, ਸਲਵਾਰ ਉਰਦੂ ਦਾ ਲਫ਼ਜ਼ ਹੈ ਉਹਨੂੰ ਅਸੀਂ ਸਲਵਾਰ ਕਰਕੇ ਅਸੀਂ ਜਨਾਬ। ਅੱਛਾ ਇੱਕ ਹੋਰ, ਮੈਨੂੰ ਲਫ਼ਜ਼ ਭੁੱਲ ਪੈਣਾ ਹੈ, ਉਹ ਨਾ ਜਿਹੜਾ ਉਹ ਸੀਟੀ ਨਹੀਂ ਮੰਨਦਾ, ਸੁਰ ਛੋਟ 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 ਕਰ ਲੈਂਦਾ, ਕੁੱਕਰ, ਉਹਦਾ ਨਾਮ ਮੈਨੂੰ ਭੁੱਲ ਪੈਂਦਾ, ਉਹ ਜਿੱਦਾਂ ਅੰਗਰੇਜ਼ਾਂ ਦੀ ਆਪਣਾ ਕੁੰਨੀ ਕੁੰਨੀ। ਅੱਛਾ ਹੁਣ ਵੇਖੋ ਨਾ ਤੁਸੀਂ ਜਨਾਬ, ਉਹਦੇ ਉੱਤੇ ਰੱਖ ਕੇ ਨਾ ਤੂੰ ਮਤਲਬ ਸੀਟੀਆਂ ਵੀ ਅਜੀਬ ਅਜੀਬ ਮਰਿੰਦਾ ਹੀ ਨੇ, ਉਹਦੇ ਵਿੱਚ ਸਾਡੀਆਂ ਬੀਬੀਆਂ ਭਲੇ ਦੌਰੇ ਚੇਂਜ ਹੁੰਦਾ, ਵੀ ਛੋਲੇ ਪਕਾਉਣੇ ਨਾ, ਕਾਲੇ ਛੋਲੇ ਅਮੂਮਨ ਹੁੰਦੇ ਹਨ, ਅਤੇ ਉਹਨਾਂ ਨੂੰ ਪਹਿਲਾਂ ਭੇਜ ਛੱਡਣਾ ਰਾਤੀ, ਵਿੱਚ ਝੂੰਡੀ ਲੂਣ ਦੀ ਸੱਟ ਛੱਡਣੀ, ਫੇਰੀ ਤਾਂ ਉਹਨਾਂ ਫੁੱਲ ਕੇ ਤਾਂ ਡਿਆਉ ਪੈਣਾ, ਵੱਤ ਮਿੱਟੀ ਦੀ ਕੁੰਨੀ ਵਿੱਚ ਉਹਨਾਂ ਨੂੰ ਸਲੂਣੇ ਨੂੰ ਪਕਾਉਣਾ। ਅਤੇ ਹੁਣ ਬੀਬੀਆਂ ਪਤਾ ਕਿਆ ਕਰਦੀਆਂ ਨੇ, ਉਹ ਜਿਹੜਾ ਉਹ ਛੋਟ ਛੋਟ ਕੀ ਉਹਨੂੰ ਆਉਂਦੇ ਨੇ, ਐਵੇਂ ਥੋੜ੍ਹਾ ਕੁ ਲਵਾਂ ਜਾਣਾ ਮੈਂ ਅੱਛਾ ਜੀ, ਉਹਦਾ ਤੁਹਾਨੂੰ ਮੈਂ ਦੱਸਦਾ, ਸਾਡੇ ਘਰ ਜਿਹੜਾ ਨਾ ਬਹੁਤ ਸਵਾਦੀ ਉਹ ਬਣਦਾ ਹੁੰਦਾ ਜੀ, ਉਹ ਮੈਂ ਤੁਹਾਨੂੰ ਦੱਸਦਾ, ਉਹਨੂੰ ਸੱਦਦੇ ਹਨ ਕਾਲੇ ਛੋਲੇ ਜਿਹੜੇ ਨਾ, ਉਹ ਸਿਰਫ ਵੇ ਕੇ ਤਾਂ ਨਹੀਂ ਰੱਖਦੇ ਹੁੰਦੇ ਹਨ, ਕੁਝ ਨਿਜ਼ਾਮ ਇੰਝ ਦਾ ਹੁੰਦਾ ਹੈ ਕਿ ਪੰਜ ਸੱਤ ਘਰ ਰਲ ਕੇ ਨਾ ਇੱਕ ਘਰ ਦੇ ਵਿੱਚ ਤੰਦੂਰੀ ਲਾਈ ਪੈਂਦੀ ਹੈ ਮਹੱਲੇ ਦੇ ਵਿੱਚ ਹੁੰਦੀ ਹੈ। ਅੱਛਾ, ਉਹਦੇ ਵਿੱਚ ਅਜੇ ਤੱਕ ਵੀ ਸਾਡੇ ਚੱਕਰ ਥਾਵਾਂ ਦੇ ਵਿੱਚ ਬਿਲਕੁਲ ਹੈ। ਅੱਛਾ, ਜਦੋਂ ਤੰਦੂਰੀ ਸ਼ਾਜੀ ਲਾਈ ਪੈਂਦੀ ਹੈ ਅਤੇ ਹੁਣ ਵੀ ਲਾਈ ਪੈਂਦੀ, ਤਾਂ ਉਹ ਜਨਾਬ ਦੁਪਹਾਰੇ ਖਾਸ ਕਰ ਗਰਮੀਆਂ ਦੇ ਦਿਹਾੜਾਂ ਦੇ ਵਿੱਚ ਜਿਹੜਾ ਨਾ ਉਹਨਾਂ ਥੱਬੀ ਲੱਕੜੀਆਂ ਦੀ ਚਾਵਣੀ, ਅਤੇ ਅਗਰ ਵੇਖੋ ਇੱਕ ਘਰ ਅਗਰ ਵੰਜਣਾ ਨਾ ਸਾਡੀ ਧੀ ਭੈਣ ਮਾਂ ਵੰਜਣਾ, ਤਾਂ ਉਸ ਜਨਾਬ ਉਸ ਆਪਣੀ ਤਾ ਕੇ ਅਤੇ ਆਪਣੀਆਂ ਰੋਟੀਆਂ ਲਾਉਣੀਆਂ, ਤਿੰਨ ਚਾਰ ਗੋਹੇ ਆਉਣਾ, ਵੱਤ ਦੂਈ ਉੱਤੋਂ ਆਉਣਾ, ਉਸ ਆਪਣੀਆਂ ਗੋਹਿਆਂ ਗੋਹਾ ਜਾਂ ਲੱਕੜੀਆਂ ਲੈ ਕੇ ਆਉਣੀਆਂ, ਉਹਨਾਂ ਜਨਾਬ ਉਹ ਤਾਵਣੀ ਹੈ ਤੰਦੂਰੀ ਤਾ ਕੇ, ਅਤੇ ਉਸ ਦੇ ਵਿੱਚ ਇਤਨੇ ਕੁ ਕੋਲੇ ਬਣ ਵਜਣੇ, ਜਦੋਂ ਪੰਜ ਸੱਤ ਘਰਾਂ ਉੱਥੇ ਰੋਟੀ ਪਕਾਉਣੀ। ਅੱਛਾ, ਹੁਣ ਸੁਣਿਆ ਹੈ ਜਨਾਬ, ਹੁਣ ਕਾਲੇ ਛੋਲੇ ਜਨਾਬ ਜਿੰਨਾ ਬਣਾਉਣਾ ਉਹਨੂੰ ਸਦਿੰਦੇ ਹਨ ਪਲਿਆ, ਕਾਲੇ ਛੋਲਿਆਂ ਦੇ ਨੂੰ ਉਹ ਜਿਹੜਾ ਉਹਨਾਂ ਪਕਾਉਣਾ ਹੁੰਦੇ ਉਹਨੂੰ ਪਲਿਆ ਸਦਿੰਦੇ ਹਨ। ਅੱਛਾ, ਉਹ ਪਲਿਆ ਜਿਹੜਾ ਬਣਾਉਣ ਵਾਸਤੇ ਜਿਸ ਘਰ ਵੀ ਬਣਾਉਣਾ, ਇੱਕ ਤਾਂ ਉਸ ਜ਼ਿਆਦੜੇ ਜਿਹੇ ਛੋਲੇ ਲੈਣੇ, ਲੈ ਕੇ ਅਤੇ ਜਿਹੜੀ ਉਹ ਤੰਦੂਰੀ ਤੱਪੀ ਹੀ ਆਉਣੀ ਨਾ ਸ਼ਾਹ ਜੀ, ਉਸ ਦੇ ਵਿੱਚ ਉਹ ਕੁੰਨੀ ਦੇ ਵਿੱਚ ਪਾ ਕੇ ਅਤੇ ਲੰਮਾ ਪਾਣੀ ਜਿਹੜਾ ਹੈ ਨਾ ਕੱਦ ਕੇ ਅਤੇ ਉਸ ਰੱਖ ਛੋੜਨਾ। ਅੱਛਾ, ਉਸ ਘੰਟਾ ਦੋ ਜਿਤਨੇ ਤੱਕ ਉਸ ਦਾ ਤਾਅ ਨਹੀਂ ਨਾ ਭੱਜਣਾ ਇਸ ਦਾ ਤੰਦੂਰੀ ਦਾ, ਇਤਨੇ ਤੱਕ ਉਹ ਕੁੰਨੀ ਵਿੱਚ ਪਈ ਰਮਣੀ ਹੈ, ਇਤਨੇ ਤੱਕ
ਉਹ ਜਿਹੜੇ ਛੋਲੇ ਨਾ ਕਾਲੇ ਛੋਲੇ, ਉਹਨਾਂ ਜਨਾਬ ਗਲ ਵੰਜਣਾ, ਹੋਰ ਬਸ ਗਲਣਾ ਇੰਜ ਕਿ ਉਹਨਾਂ ਦਾ ਜਿਹੜਾ ਉਹ ਪਾਣੀ ਹੈ ਨਾ ਉਹ ਵੀ ਕਾਲਾ ਜਿਹਾ ਛੋਰਾ ਜਿਹਾ ਬਣ ਵੰਜਣਾ, ਅਤੇ ਇਤਨਾ ਜ਼ਬਰਦਸਤ ਕਿਸਮ ਦਾ। ਅੱਛਾ ਉਹਦੇ 'ਤੇ ਤਿਲਵਰ ਜਿਹੀ ਆ ਵੈਂਦੀ ਹੈ ਸ਼ਾਹ ਜੀ, ਕੁਦਰਤੀ ਤੌਰ 'ਤੇ ਛੋਲੇ, ਹਾਲਾਂਕਿ ਥਿੱਧੇ ਤਾਂ ਨਹੀਂ ਆਉਂਦੇ ਛੋਲੇ, ਲੇਕਿਨ ਕੁਦਰਤੀ ਤਿਲਵਰ। ਅੱਛਾ ਇੱਕ ਹੋਰ ਇੱਥੇ ਛੋਟੀ ਜਿਹੀ ਗੱਲ, ਜਿਹੜਾ ਬਾਲਣ ਗੱਦੀਆਂ ਹਨ ਬੀਬੀਆਂ ਉਸ ਦੇ ਵਿੱਚ, ਉਹਨੂੰ ਕਿਹਾ ਧਿਆਨ ਪਤਾ ਹੀ ਨਹੀਂ, ਝੁਲਕਾ ਸੱਦਦੇ ਆ, ਝੁਲਕਾ ਝੁਲਕਾ ਲੈ ਕੇ ਆਉਣਾ। ਦੂਜੀ ਇੱਕ ਹੋਰ, ਹਰ ਬੀਬੀ ਆਪਣਾ ਝੁਲਕਾ ਮਤਲਬ ਹੈ, ਹਰ ਬੀਬੀ। ਔਰ ਇੱਕ ਹੋਰ ਹੁੰਦਾ ਹੈ, ਅਜੇ ਵੀ ਖੈਰ ਪਿੰਡਾਂ ਥਾਵਾਂ 'ਤੇ ਦੇ ਵਿੱਚ ਹੈ ਨਾ, ਕਈਆਂ ਬੀਬੀਆਂ ਪਿੱਤੀਆਂ ਹੋਣੀਆਂ ਛੋਟੀਆਂ, ਯਾਨੀ ਕਿ ਜਿਹੜੇ ਨੇ ਸਾਡੇ ਹਿਦਵਾਣੇ, ਜਿਹੜੇ ਹਿਲਵਾਣਾ ਛੋਟੇ ਛੋਟੇ ਹੋਣੇ, ਉਹ ਹੋਣੇ ਜਾਂ ਵਤ ਵਤਾਊ ਹੋਣੇ, ਉਹਨਾਂ ਦਾ ਪੱਠਾ ਕਰਨਾ ਜੀ, ਉਹ ਜਿਹੜੀਆਂ ਪਿੱਤੀਆਂ ਨਾ ਉਹਨਾਂ ਨੂੰ ਕਚਰੀਆਂ ਸੱਦਦੇ ਆ, ਤੇ ਉਹਨਾਂ ਦਾ ਵਿੱਚ ਉਹ ਇਤਨਾ ਕੋ ਬਣਾ ਕੋਲਿਆਂ ਦੇ ਵਿੱਚ ਕਤਣਾ, ਉਹਨਾਂ ਦਾ ਬਰਥਾ ਬਣਾ ਕੇ ਲੈ ਬਣਾ, ਔਰ ਉਹ ਐਡਾ ਠੰਡਾ ਬਣਦਾ ਹੀ ਨਹੀਂ, ਛਾਲਣ ਜੀ ਦਸਲੂਣਾ ਜੀ ਦਿਨ ਤਾਂ ਆਈ ਕੋ। ਅੱਛਾ ਉਹ ਵੀ ਤੇ ਵਤ ਵਤਾਊਆਂ ਦਾ ਜਿਹੜਾ ਬਰਥਾ, ਵਤਾਊਆਂ ਦੀ ਤਾਸੀਰ ਵਡੇਰੇ ਦੱਸਣ ਸ਼ਾ ਜੀ, ਹਾਂ ਉਹ ਜਾਂ ਗਰਮ ਤੱਤੀ, ਲੇਕਿਨ ਜਦ ਇਸ ਦਾ ਬਰਥੇ ਦੀ ਬਾਜੀ ਬਣ ਜਾਣੀ, ਹਾਂ ਤੇ ਇਸ ਉਹ ਬਾਜੀ ਜਿਹੜੀ ਦੀ ਠੱਡੀ ਹੁੰਦੀ, ਉਹ ਠੱਡੀ ਹੋ ਬੈਣੀ, ਉਹਦਾ ਤਸ ਜਿਹੜਾ ਤਾਸੀਰ ਉਹ ਮੁੱਕ ਪੈਣਾ, ਤੇ ਕਿਉਂਕਿ ਉਸਦਾ ਉਸ ਬੁੱਝ ਵੰਜਣਾ ਹੈ ਨਾ ਵਿੱਚ, ਉਹ ਵੀ ਹੁੰਦਾ ਹੈ। ਅਤੇ ਪਲੇਅ ਜਿਹੜਾ ਨਾ ਸ਼ਾਹ ਜੀ, ਇਹ ਤਾਂ ਕਿਆ ਕਹਿੰਦੇ ਹਕੀਕਤ ਹੈ ਕਿ ਮੈਨੂੰ ਅਜੇ ਤੱਕ ਯਾਦ ਹੈ ਕਿ ਸਾਡੇ ਘਰ ਜਿਹੜਾ ਉਹ ਪਲੇਅ ਬਣਦਾ ਹੁੰਦਾ ਸੀ ਨਾ, ਉਹ ਬੜਾ ਟਾਪ ਕਲਾਸ ਦਾ ਬਣਦਾ। ਅੱਛਾ ਕੁਛ ਜਿਹਨਾਂ ਦੇ ਨਾਂ ਲੈ ਲਓ, ਬਸ ਟੈਲੀਫੋਨ ਵਾਲਾ ਸਿਲਸਿਲਾ ਸ਼ੁਰੂ ਹੋਵੇ ਨਾ, ਅਤੇ ਬਾਅਦ ਸੰਗਤਾਂ ਦੇ ਨਾਂ ਰਹਿ ਬਈ ਸਰ। ਮੈਂ ਜਨਾਬ ਨਾਂ ਜਿਹੜੇ ਦੋਸਤਾਂ ਦੇ ਸਾਰਿਆਂ ਦੇ ਲਵਾਂ, ਅਤੇ ਸ਼ਾਹ ਜੀ ਇੱਥੋਂ ਤੁਸਾਂ ਕਰਨੀ ਹੈ ਗੱਲ, ਕਾਲ ਆ ਗਈ ਜੀ। ਅਸਲਾਮ ਵਾਲੇਕੁਮ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਜੀ ਭਾਈ, ਕੀ ਹਾਲ ਹੈ? ਅੱਲਾ ਦਾ ਕਰਮ, ਮੇਰੀ ਭੈਣ ਪਰਵੀਨ ਭੁੱਟਾ ਸਾਹਿਬਾ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਹਿਤ ਦੇ। ਲੇਟ ਹੋ ਗਈਆਂ, ਉਹ ਮਹਿਮਾਨ ਆਏ ਹੋਏ ਆ ਮਿਸ ਵਾਸਤੇ ਕਰਕੇ। ਅੱਛਾ ਪੁਰਾਣੇ ਆਏ ਆ ਜੀ? ਆ ਪੁਰਾਣੇ ਆਏ। ਹਾਂ ਅੱਛਾ ਜੀ, ਤੇ ਮੈਂ ਆਖਿਆ ਮੈਂ ਹਾਜ਼ਰੀ ਲਵਾ ਲਵਾਂ ਤੇ ਕੀ ਬੁਝਾਰਤ ਤੇ ਆ। ਅਸਾਂ ਅੱਜ ਕੁਫਤਾ ਪੁੱਛਿਆ ਮੇਰੀ ਭੈਣ ਜੀ, ਕੁਫਤਾ ਕੁਫਤਾ ਜੀ ਆ ਇਸ਼ਾ ਦੀ ਨਿਮਾਰ ਤੋਤੇ। ਕੁਝ ਲੱਗੀ ਬਈ, ਮੈਂ ਤੂੰ ਸਵਾਲ ਪਾਇਆ, ਤੂੰ ਆਖਿਆ ਜਾਣੇ ਕੁਫਤਾ ਚਾਨਣ ਪਸਾ ਕੁਫਤਾ ਲੈ ਛੱਟ ਹੈ। ਮੈਨੂੰ ਡਾਕਟਰ ਜਿਸ ਮੇਰੇ ਬਾਈਪਾਸ ਹੋਇਆ ਨਾ, ਤੇ ਰਾਜੀ ਬਕਾਇਦਾ ਮੈਨੂੰ ਲਿਖ ਕੇ ਦਿੱਤੋ ਨੇ ਕਿ ਬਈ ਤੁਸਾਂ ਖਾਣ ਜਿਹੜਾ ਨਾ ਕਾਲੇ ਚਨੇ ਪਕਵਾ ਕੇ ਉਹਦਾ ਸ਼ੋਰਾ ਇਸਤੇਮਾਲ ਕਰਨਾ। ਬੜੀ ਤਾਕਤ ਹੁੰਦੀ ਪ੍ਰੋਟੀਨ ਬਿਲਕੁਲ ਇੰਜ ਗੱਲ ਵੱਡੀ ਚੀਜ਼ ਇਹ ਬਾਜੀ ਪਰਵੀਨ ਭੁੱਟਾ ਸਾਹਿਬਾ ਕਿ ਉਸ ਦਾ ਬਣਾਵਣਾ ਚਮਚ ਬਣਾਵਣਾ ਰੋਟੀ ਦਾ ਕੱਪੜੇ ਵੀ ਬਰੀ ਵੈਂਦੇ ਆ। ਅੱਛਾ ਹੁਣ ਘਰਾਂ ਦੇ ਵਿੱਚ ਕੋਈ ਨਹੀਂ ਬਣਦਾ ਬਿਲਕੁਲ ਹੀ, ਅੱਜ ਦੀ ਨਸਲ ਨਹੀਂ ਖਾਂਦੀ ਉਹ ਬਿਲਕੁਲ। ਜੀ ਅੱਜ ਕੱਲ ਤਾਂ ਬਣੀਆਂ ਬਣਾਈਆਂ ਸਹੀ ਹੋ ਗਈਆਂ ਜੀ,
ਤੇ ਮਰਚਾਂ ਤੇ ਉਹ ਪਤਾ ਨਹੀਂ ਕਿਹ ਦਾ ਕਿ ਕਦਣ ਕਦੋਕਣਾ ਕਦੋਕਣਾ ਗੋਸ਼ਤ ਤੇ ਪਤਾ ਨਹੀਂ ਉਹ ਅਜੀਬ ਜਿਹਾ ਟੰਗਿਆ ਹੁੰਦਾ ਨੇ ਉਹ ਛੁਰੀਆਂ ਨਾਲ ਲਾ ਕੇ ਸਾਡਾ ਦੌਰ ਚੋਣ ਆ ਭੈਣ ਇੱਕ ਵਸਲ ਹੋਣਾ ਉਹਨ ਕੁੱਟਣਾ ਚਾਹੀਏ ਜਾਂ ਦੁੱਧ ਵਿੱਚ ਮਾਂ ਮਰਚਾਂ ਗਾ ਦੇਣੀਆਂ ਜਾਂ ਲੂਣ ਗਾ ਦੇਣਾ ਤੇ ਚੁੱਪ ਕਰਕੇ ਸੁਰਕ ਰੋਟੀ ਖਾ ਲੈਣੀ ਗਿਆ ਤੇ ਉਹਦੇ ਨਾਲ ਮੂੰਹ ਤੇ ਰੌਣਕ ਵੀ ਆਉਂਦੀ ਆ ਇਹ ਜਿੱਡਾ ਕੁਝ ਵੀ ਖਾਓ ਜਿੱਡਾ ਵੀ ਗੋਸ਼ਤ ਹੁੰਦਾ ਆ ਜਿਹੜਾ ਲੂਲਾ ਗੋਸ਼ਤ ਹੁੰਦਾ ਜਿਹੜਾ ਆਪ ਨਹੀਂ ਉੱਠ ਕੇ ਤੁਰ ਸਕਦਾ ਸਹੀ ਲਫ਼ਜ਼ ਇਸਤੇਮਾਲ ਕੀਤਾ ਉਹ ਸਨ ਕੇ ਉਠਾਉਣਾ ਸਾਡੀ ਬਹਿਣ ਨੂੰ ਤੇ ਖੁਰਮ ਸ਼ਹਿਜ਼ਾਦ ਅਜ਼ਮ ਰਾਂਝਾ ਸਾਹਿਬ ਜਨਾਬ ਲਿਖ ਰਹੇ ਨੇ ਕਿੱਦਾਂ ਢਲਦੇ ਦਾ ਸਲਾਮ ਜੀ ਖੁਫਤਾ ਦਾ ਸਲਾਮ ਇਹਨਾਂ ਨੇ ਮਾਸ਼ਾਂ ਦਾ ਸਲਾਮ ਦਿੱਤਾ ਜੀ ਭਲਾ ਭਲਾ ਹੋਵੇ ਜਨਾਬ ਖੁਰਮ ਸ਼ਹਿਜ਼ਾਦ ਅਜ਼ਮ ਰਾਂਝਾ ਸਾਹਿਬ ਇਹ ਸਾਡਾ ਕੋਟ ਮੋਮਨ ਦੀ ਧਰਤੀ ਦਾ ਬਹੁਤ ਖੂਬਸੂਰਤ ਲਿਖਾਰੀ ਵੀ ਹੈ ਔਰ ਅੱਜ ਕੱਲ੍ਹ ਪਰਦੇਸ ਦੇ ਵਿੱਚ ਬੈਠਾ ਹੈ ਔਰ ਸਾਡੀ ਪੰਜਾਬੀ ਜਿਹੜੀ ਹੈ ਆਪਣੀ ਉਸਨੂੰ ਪਰਦੇਸ ਦੇ ਵਿੱਚ ਬਹਿ ਕੇ ਅਤੇ ਇਸ ਬੜਾ ਜਨਾਬ ਉਜਾਗਰ ਕੀਤਾ ਹੋਇਆ ਅੱਲਾਹ ਪਾਕ ਨੂੰ ਸਲਾਮਤ ਰੱਖੇ ਅਤਾਉੱਲਾ ਅਤਾਉੱਲ ਕਰੀਮ ਸਾਹਿਬ ਹਨ ਜਨਾਬ ਨਿਸਵਾਣਾ ਅਸਲਾਮੁ ਅਲੈਕੁਮ ਸਦਾ ਖੁਸ਼ ਰਹੋ ਜਨਾਬ ਜਰਮਨੀ ਤੋਂ ਹਨ ਮਾਲਕ ਸਲਾਮਤ ਰੱਖੇ ਇਹ ਵੀ ਸਾਡਾ ਪੰਜਾਬੀ ਨਾਲ ਬੜੇ ਜੁੜੇ ਆ ਜੀ ਹੈ ਜੀ ਜੈ ਕਾਲ ਇੱਕ ਹੋ ਰਹੀ ਹੈ ਜੀ ਅੱਛਾ ਕਾਲ ਲੈ ਲਈਏ ਜੀ ਜੀ ਅਸਲਾਮੁ ਅਲੈਕੁਮ ਜੀ ਅਸਲਾਮੁ ਅਲੈਕੁਮ ਜੀ ਵਾਲੇਕੁਮ ਅਸਲਾਮ ਭਾਈ ਕੀ ਹਾਲ ਹੈ ਠੀਕ ਹੋ ਬਾਵੇ ਸਾਹਿਬ ਹੋਰੀ ਵੀ ਠੀਕ ਹੈ ਮਾਲਕ ਦੀ ਕਰਮ ਨਵਾਜ਼ੀ ਹੈ ਫਾਤਮਾ ਪੁੱਤਰ ਜੀ ਆਇਆਂ ਨੂੰ ਜੀ ਅੱਲਾ ਪਾਕ ਤੁਨ ਖੁਸ਼ ਰੱਖੇ ਅੱਲਾ ਪਾਕ ਮਜ਼ੀਦ ਤੁਨ ਸੇਤ ਦੇਵੇ ਆਮੀਨ ਆਮੀਨ ਸਾਡੇ ਰਿਜ਼ਕ ਵਿੱਚ ਬਰਕਤ عطا ਫਰਮਾਵੇ ਮੈਂ ਬੜੀ ਨਾ ਕਾਲੀ ਪਈ ਹੋ ਜਾ ਬੇ ਪਾਵੇ ਉਹਨਾਂ ਦੀ ਤੇ ਭਾਈ ਦੀ ਆਵਾਜ਼ ਸੁਣਾ ਮਾਲਕ ਸਲਾਮਤ ਰੱਖੇ ਬੇਟਾ ਸਲਾਮਤ ਰੱਖੇ ਤੇ ਅੱਲਾ ਪਾਕ ਤੁਹਾਡੀਆਂ ਸਮਾਤਾ ਸਲਾਮਤ ਰੱਖੇ ਜੀ ਨਤੇ ਬਾਵੇ ਹੋਰੀ ਜਿਹੜੀ ਗੱਲ ਕਰਦੇ ਤਾਂ ਨਾ ਬਈ ਦੁੱਧ ਵਿੱਚ ਸਾਡੀਆਂ ਮਾਵਾਂ ਜਿਹੜੀਆਂ ਨੂੰ ਨਾ ਮਰਚਾਂ ਸੱਟ ਦੇਣੀਆਂ ਬਾਵਾ ਜੀ ਅਸੀਂ ਅਜੇ ਤੱਕ ਉਸਕੇ ਕਰ ਲੈਨੇ ਆ ਜਿਸ ਵਕਤ ਸ਼ੇਖ ਹੋਣੇ ਵਾਲੀ ਕੋਈ ਅਸੀਂ ਦੁੱਧ ਸੋਣਾ ਕੜੇ ਹੋਇਆ ਚਾਹ ਕੋਲ ਲਿਖ ਦੇਨੇ ਆ ਵਿੱਚ ਲੂਣ ਮਰਚਾਂ ਪਾ ਕੇ ਤੇ ਰੋਟੀ ਖਾ ਲੈਣੀ ਇਤਨੀ ਉਹ ਸਵਾਦੀ ਲੱਗਦੀ ਨਾ ਰੋਟੀ ਥੂਮ ਦੀ ਉਹ ਵੀ ਬੜੀ ਸਵਾਦੀ ਆਉਂਦੀ ਕਿ ਦੁੱਧ ਦੇ ਵਿੱਚ ਥੂਮ ਦਾ ਤੜਕਾ ਲਾਉਣਾ ਚੰਗੀ ਗਰਮ ਕਰਕੇ ਉਹ ਦਾਲੂ ਦੇ ਵਿੱਚ ਸਟੇ ਦੀਆਂ ਮਾਈਆਂ ਕਦੇ ਕਦੇ ਕਿਹੜੀ ਸ਼ਹਿ ਬਿਬਰੀ ਬਿਬਰੀ ਵਾਲਾ ਤੜਕਾ ਬਿਲਕੁਲ ਬਿਲਕੁਲ ਬੜਾ ਕੰਮ ਸਵਾਦੀ ਹੁੰਦਾ ਇਹ ਅੱਛੀਆਂ ਸਾਡੀ ਆਪਣੀ ਰੇਤਲ ਦੀਆਂ ਗੱਲਾਂ ਨੇ ਔਰ ਹੁਣ ਤਾਂ ਮੁਲਕ ਹੱਦ ਆ ਕੇ ਜੀ ਗੋਸ਼ਤ ਹੋਵੇ ਤੇ ਨਾਲ ਫਲਾਣਾ ਵੀ ਮਿਸਾਲਾ ਹੋਵੇ ਤੇ ਫਲਾਣਾ ਵੀ ਤੇ ਫਲਾਣਾ ਅੱਛਾ ਮਿਸਾਲੇ ਪਾਵਣ ਦੋ ਗੱਲ ਮੈਂ ਬਾਬਾ ਜੀ ਅਜੇ ਤੱਕ ਵੀ ਗੋਸ਼ਤ ਦੀ ਸ਼ੁਕੀਨ ਕੋਈ ਨਾ ਚਾਹੇ ਬੱਕਰੇ ਦੋਵੇ ਚਾਹੇ ਮੁਰਗੀ ਦੋਵੇ ਕਿਸੇ ਸ਼ੇਰ ਮੈਂ ਸਭ ਦੀ ਜਿਤਨੀ ਸ਼ੌਕ ਨਾ ਨਹੀਂ ਜਿਹੜਾ ਨਾ ਮੁਰਗੀ ਦਾ ਪੁੱਤਰਾ ਇਹ ਤੇ ਹੁੰਦਾ ਹੀ ਲੂਲਾ ਜਿਹਾ ਕੰਮ ਬੱਕਰੇ ਤਾਂ ਸਾਧੂ ਅਪੜੀਂਦਾ ਨਹੀਂ ਹੂੰ ਅੱਜ ਕਦੋਂ ਵਡੇੜਾ ਕੋ ਬੱਚਾ ਕੱਟਾ ਹੋਵੇ ਤੇ ਉਹਦੇ ਤੇ ਕਦੀ ਕਦਾਈ ਨਾ ਹੈ ਕੋ ਅੱਲਾ ਪਾਕ ਕਰਦਾ ਕੋ ਬੰਦਾ ਨਾ
ਮਾਲਕ ਦਾ ਬੜਾ ਕਰਮ ਪੁੱਤਰ, ਬਸ ਗੁਜ਼ਰ ਗਏ। ਮਾਲਕ ਸਲਾਮਤ ਰੱਖੇ ਬੇਟਾ ਤੁਹਾਨੂੰ, ਮਾਲਕ ਸਲਾਮਤ ਰੱਖੇ ਬੱਚੇ, ਜਿਉਂਦੇ ਵਸਦੇ ਰਹੋ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਕਾਲ ਆ ਗਈ ਜੀ, ਹੋਰ ਕਾਲ ਜੀ, ਅਸਲਾਮ ਅਲੈਕੁਮ। ਹੁਣ ਵੀ ਜਿਹੜਾ ਤੜਕਾ ਲਾ ਕੇ ਦਿੱਤਾ ਸੀਗਾ ਜੀ। ਬਿਸਮਿਲ੍ਲਾ, ਤੇ ਬਾਕੀ ਜਿਹੜਾ ਪਲੇਅ ਦੀ ਗੱਲ ਕਰ ਰਹੇ ਹੋ ਨਾ, ਪਲੇਅ ਪਲੇਅ, ਹਾਂ, ਇਹ ਹਫ਼ਤੇ ਦੇ ਵਿੱਚ ਇੱਕ ਵਾਰੀ ਲਾਜ਼ਮੀ ਜਿਹੜਾ ਨਾ, ਗਰਮੀਆਂ ਦੇ ਵਿੱਚ ਸਾਰੀਆਂ ਗਰਮੀਆਂ, ਹਾਂ, ਛੱਡੀ ਨੇ ਪਹਾੜਪੁਰ ਜ਼ਿਲ੍ਹਾ ਲਈ ਬਾਬਾ ਜਾਨ ਅੰਸਾਰੀ ਸਾਹਿਬ ਬੇਨ ਜੀ, ਬਾਬਾ ਜਾਨ ਅੰਸਾਰੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਹਿਤਲ ਦੇ ਵਿੱਚ ਜੀ। ਅਸਲਾਮ ਅਲੈਕੁਮ ਜੀ, ਬਿਸਮਿਲ੍ਲਾ, ਜਵੇਦ ਬਾਜਵਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਹਿਤਲ ਵਿੱਚ। ਮਾਲਕ ਕਾਇਨਾਤ ਬਾਈਆ ਸਾਹਿਬ ਤੁਹਾਨੂੰ ਉਮਰੇ ਖਿਦਰ ਅਤਾ ਕਰੇ, ਮਾਲਕ ਤੁਹਾਨੂੰ ਸਲਾਮਤ ਰੱਖੇ ਜੀ। ਹਨ ਤੁਹਾਨੂੰ ਗੱਲ ਦੱਸੀ ਬੰਨਿਆ, ਗੱਲ ਤੁਸਾਂ ਵਿੱਚੋਂ ਆਪ ਸਮਝ ਲੈਣੀ ਹੈ। ਕਈ ਵਾਰ ਯਾਦ ਆਉਂਦੇ ਨੇ ਕਿ ਕਿਸੇ ਸੱਜਣ ਨੂੰ ਆਖੀਏ ਨਾ ਯਾਰ ਕਿ ਫਲਾਣਾ ਕੰਮ ਹੈ, ਮਿਸਾਲ ਬਣੀ ਹੋਈ ਨਾ ਕਿ ਲਾਹੌਰ ਦਾ ਰਾਹ ਤੇ ਹਰ ਕੋਈ ਦੱਸਿੰਦਾ, ਕਿਰਾਇਆ ਕੋਈ ਨਹੀਂ ਦਿੰਦਾ, ਕੋਈ ਨਹੀਂ ਦਿੰਦਾ ਜੀ ਜੀ। ਅੱਜ ਇੱਕ ਹੀ ਬੰਦੇ ਨਾਲ ਮੈਂ ਗੱਲ ਕੀਤੀ ਤੇ ਉਹ ਸੱਕਿਆ, ਸ਼ਾਹ ਜੀ ਮੈਂ ਤੁਹਾਨੂੰ ਰਾਹ ਵੀ ਦੱਸਿੰਦਾ, ਤੁਹਾਨੂੰ ਕਿਰਾਇਆ ਵੀ ਦਿੰਦਾ। ਕਿਰਾਇਆ ਵੀ ਦੇਸਾ ਮੈਂ, ਬੜੀ ਗੱਲ ਹੈ ਬਈ, ਅੱਲਾ ਤੈਨੂੰ ਸਲਾਮਤ ਰੱਖੇ। ਅੱਲਾ ਉਹਨਾਂ ਨੂੰ ਜ਼ਿੰਦਗੀ ਦੇ, ਮਾਲਕ ਉਹਨਾਂ ਨੂੰ ਜ਼ਿੰਦਗੀ ਸਲਾਮਤੀ ਅਤਾ ਕਰੇ। ਸਮਰ ਖਾਨ ਉਹਨਾਂ ਦਾ ਬੇਟਾ ਜੀ ਜੀ, ਉਹ ਬੜਾ ਯਾਦ ਕਰ ਰਹੇ ਸਾਂ, ਤੇ ਹੁਣ ਸਾਡੀ ਭੈਣ ਆਪਣਾ ਆਏ ਸਾਂ, ਪੰਨੀ ਬੋਟਾ ਸਾਹਿਬ, ਬਹੁਤ ਸੋਹਣੀਆਂ ਗੱਲਾਂ ਹੁੰਦੀਆਂ ਨੇ ਤੇ ਬਹੁਤ ਅੱਛਾ ਲੱਗਦਾ। ਬਾਬਾ ਜੀ ਨਜ਼ੀਰ ਸਾਹਿਬ ਚੌਧਰੀ ਦਰਬਾਰ, ਕਿਉਂਕਿ ਖਾਸ ਕਰ ਤੁਹਾਡੇ ਪਿਆਰ ਮੁਹੱਬਤ ਚਾਹਣ ਵਾਲੇ ਨੇ, ਅਗਰ ਉਹਨਾਂ ਦਾ ਨਾਮ ਨਾ ਲਿਆ ਜਾਏ ਤਾਂ ਡੰਡਾ ਵੀ ਚਾਹ ਲੈਂਦੇ ਨੇ। ਔਰ ਅੱਜ ਉਹਨਾਂ ਸਵੇਰੇ ਸਵੇਰੇ ਬਲਕਿ ਕੱਲ ਸ਼ਾਮੀ ਮੈਨੂੰ ਉਹਨਾਂ ਕਾਲ ਕਰਕੇ ਪੁੱਛਿਆ ਕਿ ਹਾਂ ਵੀ ਮੋਮਨ ਸ਼ਾਹ ਤਬੀਅਤ ਦਾ ਸੁਣਾ। ਮੈਂ ਕਿਹਾ ਦੁਆ ਹੈ ਤੁਹਾਡੀ ਤੇ ਦੁਆ ਫਰਮਾਇਆ ਕਰੋ, ਅੱਲਾ ਖੈਰ ਕਰੋ। ਉਹਨੇ ਕਿਹਾ ਮੈਂ ਸੋਟਾ ਲੈ ਕੇ ਆ ਜਾਣਾ ਤੇ ਤੂੰ ਬਿਲਕੁਲ ਫਿੱਟ ਹੋ ਜਾਣਾ। ਇਹ ਹੁਣ ਸ਼ਾਹ ਸਾਹਿਬ ਦੀ ਜਿਹੜੀ ਨਾ ਬਾਜਵਾ ਸਾਹਿਬ ਤਬੀਅਤ, ਉਹਨਾਂ ਕੋਲ ਸੋਟੇ ਨਾਲ ਸੈੱਟ ਕਰਾਉਣੀ ਪੈਣੀ। ਵੱਡੇ ਨੇ ਜੀ, ਬਾਪ ਦੀ ਜਗ੍ਹਾ ਤੇ ਨੇ ਜੀ। ਜ਼ਹੀਰ ਸ਼ਹਜ਼ਾਦ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ ਜੀ, ਜਨਾਬ ਹੋਰ ਸੁਣ ਰਹੇ ਨੇ। ਮਾਲਕ ਤੁਹਾਨੂੰ ਸਲਾਮਤ ਰੱਖੇ। ਅੱਛਾ, ਮਲਿਕ ਅਰਸ਼ਦ ਸਾਹਿਬ ਜੋ ਸੈਦਨ ਸ਼ਾਹ ਤੋਂ, ਜਨਾਬ ਕੋਸ਼ਿਸ਼ ਕਰ ਰਹੇ ਨੇ ਕਾਲ ਕਰਨ ਦੀ, ਹੋ ਜਾਂਦਾ ਆ ਜਾਂਦਾ ਤੇ ਇਨਸ਼ਾਅੱਲਾ ਟਰਾਈ ਰੱਖੋ ਵੀਰ ਜੀ, ਇਨਸ਼ਾਅੱਲਾ ਤਾਲਾ ਤੁਹਾਡੀ ਕਾਲ ਲੱਗਵੇ। ਸੀ ਰਿਆਜ਼ ਹੁਸੈਨ ਸ਼ਾਹਿਦ ਸਾਹਿਬ ਜੀ ਜੀ ਕਬੂਲਾ ਸ਼ਰੀਫ ਤੋਂ।
ਜੀ ਅਸਲਾਮ ਵਾਲੇਕੁਮ ਜੀ, ਬਿਸਮਿਲ੍ਲਾ, ਮੇਰਾ ਵੀਰ ਅਬਦੁਲ ਮਜੀਦ ਕਾਦਰੀ ਸਾਹਿਬ ਜਨਾਬ 88 ਜਨੂਬੀ ਤੋਂ ਪ੍ਰੋਗਰਾਮ ਲੋਕ ਰਹਿਤ ਲਈ ਜੀ ਆਇਆਂ ਨੂੰ ਜੀ ਬਾਲ ਕਾਦਰੀ ਸਾਹਿਬ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਤੇ ਕੱਲ ਮੈਨੂੰ ਇੱਕ ਫੋਨ ਆਇਆ ਹਾਂ ਕਾਦਰੀ ਸਾਹਿਬ ਕੱਲ ਇੱਕ ਮੈਨੂੰ ਫੋਨ ਆਇਆ ਤੇ ਦੋ ਸ਼ਖਸੀਅਤਾਂ ਦੇ ਬਾਰੇ 'ਚ ਫੋਨ ਕਰਨ ਵਾਲੇ ਗੱਲ ਕੀਤੀ ਆਈ ਕਿ ਇੱਕ ਬੰਦੇ ਦਾ ਨਾਂ ਜਵੇਦ ਬਾਜਵਾ ਤੇ ਇੱਕ ਬੰਦੇ ਦਾ ਨਾਂ ਅਬਦੁਲ ਮਜੀਦ ਕਾਦਰੀ ਹੈ। ਸ਼ਾਹ ਕਦੀ ਚਾਈਨਾ ਵਾਲਾ ਗੈਸ ਲੈ ਕੇ ਨਾ ਬਾਲ ਕੇ ਬੰਦਾ ਡੂਡਣ ਲੱਭੇ ਤੇ ਸ਼ਾਇਦ ਹੀ ਅਜੇ ਦੋਵੇਂ ਬੰਦੇ ਹੋਰ ਕੋਈ ਨਾ ਲੱਭੇ। ਬਿਲਕੁਲ ਜੀ, ਅੱਲਾਹ ਪਾਕ ਤੁਸੀਂ ਦੱਸਦੇ ਰਹੋ, ਮਾਲਕ ਜੀ ਆਪ ਕਰਮ ਕਰੇ ਤੇ ਤੁਹਾਡੀਆਂ ਸਮਾਤਾਂ ਔਰ ਸਾਡੀਆਂ ਮਾਂ ਇਸ ਤਰ੍ਹਾਂ ਹੀ ਰਹਿਣ ਹੁਸੈਨ ਬਾਦਸ਼ਾਹ ਤੁਹਾਨੂੰ ਸਲਾਮਤ ਰੱਖੇ। ਤੁਹਾਡਾ ਜਿਵੇਂ ਜਿਵੇਂ ਪ੍ਰੋਗਰਾਮ ਦਾ ਟਾਈਮ ਨੇੜੇ ਆਉਂਦਾ ਜਾਂਦਾ ਨਾ ਅਸੀਂ ਉਸ ਤਰ੍ਹਾਂ ਤੁਹਾਡੇ ਡੇਰੇ ਦੇ ਵਿੱਚ ਵਸੀਕ ਹੁੰਦੇ ਜਾਂਦੇ। ਸੋ ਲੈ ਕੇ ਆਖਿਰ ਤੱਕ ਤੁਹਾਡਾ ਪ੍ਰੋਗਰਾਮ ਸੁਣਦੇ ਬੈਠੇ ਹੁੰਦੇ ਆ, ਬੜੀਆਂ ਮਾਸ਼ਾਅੱਲਾ ਮਾਲੂਮਾਤੀ ਗੱਲਾਂ, ਬੜੀਆਂ ਖੂਬਸੂਰਤ ਗੱਲਾਂ ਕਰਦੇ ਪਏ ਹੋ। ਕਾਦਰੀ ਸਾਹਿਬ ਇਹ ਪਤਾ ਕਿਉਂ ਜੇ ਜਿਵੇਂ ਦੈਮ ਸਾਹਿਬ ਫਰਮਾਇਆ ਨਾ ਕਿ ਤੈਮ ਤੂੰ ਜਾਨ ਮਸ਼ਹੂਰ ਕੀਤਾ ਵਰਨਾ ਕੌਣ ਕਮੀਨੀ ਨੂੰ ਜਾਣਦਾ ਸੀ। ਮੈਂ ਤੇ ਰਾਜ ਅਸੀਂ ਕੁਝ ਵੀ ਨਹੀਂ, ਆਟੇ 'ਚ ਲੂਣ ਬਰਾਬਰ ਵੀ ਨਹੀਂ ਸੀ। ਇਹ ਸਿਰਫ ਤੁਹਾਡੀ ਸੰਗਤ ਔਰ ਸੋਹਬਤ ਜਿਹੜੀ ਹੈ ਨਾ, ਪਿਆਰ ਕਰਨ ਵਾਲਿਆਂ ਨਾਲ, ਪੰਜਾਬੀ ਦੇ ਨਾਲ ਜੁੜੇ ਹੋਏ ਔਰ ਖਾਸ ਕਰ ਜਿਹੜੇ ਸੂਫੀਜ਼ਮ ਦੇ ਨਾਲ ਜੁੜੇ ਲੋਕ ਨੇ ਉਹਨਾਂ ਦੇ ਨਾਲ ਬਹਿ ਕੇ ਤੇ ਕੋ ਅੱਲਾ ਪਾਕ ਸਾਨੂੰ ਵੀ ਦਿੱਤਾ ਹੈ, ਵਰਨਾ ਅਸੀਂ ਕੁਝ ਵੀ ਨਹੀਂ ਸੀ। ਇੱਕ ਸ਼ੇਰ ਸੁਣਾਓ ਬਿਸਮਿਲ੍ਲਾ, ਜਿਹੜਾ ਉਸ ਦਿਹਾੜੇ ਅਸਗਰ ਭੱਟ ਸਾਹਿਬ ਆਖਿਆ ਉਹ ਸੁਣੋ। ਇਹ ਨਹੀਂ ਦੱਸਣਾ ਕਿਹੜਾ ਬੰਦਾ ਬੁਜ਼ੁਰਗ ਮੁਹੰਮਦ ਭੱਟ ਆਪਣਾ ਅਸਗਰ ਭੱਟ ਸਾਹਿਬ, ਅੱਲਾ ਉਹਨਾਂ ਨੂੰ ਸਲਾਮਤੀ ਦੇ, ਕਬੂਲ ਕਰੋ, ਅੱਲਾ ਕਰੀਮ ਤੁਹਾਨੂੰ ਵੀ ਸਲਾਮਤ ਰੱਖੇ ਔਰ ਭੱਟ ਸਾਹਿਬ ਨੂੰ ਇਹ ਸੁੱਖ ਸਿਹਤ ਵਾਲੀ ਜ਼ਿੰਦਗੀ ਅਤਾ ਕਰੇ ਜੀ ਜਿਉਂ ਦਾ ਵਸਤਾ, ਪੂਰੀ ਫੈਮਿਲੀ ਨੂੰ ਮੁਹੱਬਤ ਭਰਿਆ ਔਰ ਜਿਹੜੇ ਬੱਚੇ ਛੁੱਟੀ ਆਏ ਨੇ ਉਹਨਾਂ ਨੂੰ ਖਾਸ ਕਰ ਸਲਾਮ ਚ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜਨਾਬ। ਹਸਨੀ ਦੁੱਖੀ ਸਾਹਿਬ ਸਾਡਾ ਪ੍ਰੋਗਰਾਮ ਵੇਖ ਵੀ ਰਹਿਣ ਔਰ ਸੁਣ ਵੀ ਰਹਿਣ ਜੀ। ਖੁਰਮ ਸ਼ਹਿਜ਼ਾਦ ਅਜ਼ਮ ਰਾਂਝਾ ਸਾਹਿਬ ਕਹਿ ਰਹੇ ਜੀ ਸਲਾਮਤ ਰਹੋ ਸਾਰੀ ਸੰਗਤ ਸਮੇਤ ਜੀ। ਅੱਛਾ ਕਾਲ ਚਲੀ ਗਈ ਕੋਈ ਬਾਤ ਤੇ ਹਸਨੀ ਦੁਖੀ ਸਾਹਿਬ ਬਹੁਤ ਮਿਹਰਬਾਨੀ ਨਾਲ ਢੇਰ ਸਾਰੇ ਸਨ ਵਲਦੇ ਦਿੱਤੇ ਜੀ। ਅੱਲਾ ਇਹਨਾਂ ਦੀ ਸਿਹਤ ਸਲਾਮਤ ਰੱਖੇ ਔਰ ਦੁੱਖ ਇਹਨਾਂ ਦੇ ਦੂਰ ਜੀ। ਅਸਲਾਮ ਅਲੈਕੁਮ। ਮਤਲਬ ਠੀਕ ਹੋ ਗਿਆ ਜੀ, ਬਿਲਕੁਲ ਠੀਕ ਹੋ ਗਿਆ ਜੀ। ਅਸਲ ਮਾਮਲਾ ਪਤਾ ਕੀ ਹੈ, ਪਿਛਲਾ ਪ੍ਰੋਗਰਾਮ ਅਸਾਂ ਕੀਤਾ ਜ਼ਿੰਮੇਦਾਰੀ ਤੇ ਜੀ। ਅਸਲਾਮ ਅਲੈਕੁਮ। ਜੀ ਬਿਸਮਿਲ੍ਲਾ ਜਨਾਬ ਜੀ, ਮੇਰਾ ਵੀਰ ਦੋਸਤ ਮੁਹੰਮਦ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਹਿਤ ਵਿੱਚ ਅੱਲਾ ਭਲਾ ਕਰੇ ਜੀ ਇਹਨਾਂ ਦਾ ਵੀ ਤੇ ਤੁਹਾਡਾ ਵੀ ਜਿਹਨਾਂ ਕੋਲ ਆਇਆ ਉਹਨਾਂ ਨੂੰ।
ਬਚਪਨ ਸਾਡਾ ਵੀ ਇਹੋ ਜਿਹੀ ਹਾਲਾਤ ਚ ਇਹ ਨਾ ਹਾਲਾਤ ਆ ਨਹੀਂ ਇੱਕ ਥੱਲੇ 70 ਹੁੰਦਾ ਹੀ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਇਹ ਤਰ੍ਹਾਂ ਨਾ ਕਰਮ ਵਾਲਾ ਬੁਢੇਪੇ ਦੇ ਦੌਰੇ ਚ ਇਤਨਾ ਦੱਸ ਸਰਗੋਦਾ ਦੀ ਇੱਕ ਧੀ ਭੈਣ ਜਨਾਬ ਮਰੀਮ ਸਾਹਿਬਾ ਸਰਗੋਦਾ ਜੀ ਅਸਲਾਮ ਵਾਲੇਕੁਮ ਜੀ ਬਿਸਮਿਲ੍ਲਾ ਬਾਬਾ ਫੌਜੀ ਬੜੀਆਂ ਤੁਹਾਡੀਆਂ ਸਾ ਗੈਰਹਾਜ਼ਰੀਆਂ ਲਾਈਆਂ ਤੇ ਅੱਜ ਮੇਰਾ ਖਿਆਲ ਹੈ ਕੋਈ ਸਾਲ ਬਾਅਦ ਨਹੀਂ ਆਏ ਜਨਾਬ ਸਾਡੇ ਪ੍ਰੋਗਰਾਮ ਵਿੱਚ ਲਾਲੀਆਂ ਤੋਂ ਜਿਹੜਾ ਜ਼ਫਰ ਹੋਰੀ ਨੇ ਨਾਲ ਕੁਝ ਹੋਰ ਨੇ ਜ਼ਫਰ ਇਲੈਕਟ੍ਰੀਸ਼ੀਅਨ ਨੇ ਉਹਨਾਂ ਦੇ ਨਾਲ ਸੁਲੇਮਾਨ ਸਾਬਰ ਦੇ ਜੀ ਅਸਲਾਮ ਵਾਲੇਕੁਮ ਖਾਣਾ ਨਸੀਬ ਕਰੇ ਜਿਹੜਾ ਤੁਸੀਂ ਤੜਕਾ ਖੂਬਸੂਰਤ ਆਪਣੀ ਗੱਲ ਬਾਤ ਦਾ ਲੈਂਦੇ ਹੋ ਨਾ ਪ੍ਰੋਗਰਾਮ ਨੂੰ ਇਸਲਾਮਾਬਾਦ ਟੱਪਿਓ ਸੀ ਤੇ ਤੁਹਾਡਾ ਲੰਗਰ ਕਰਸਾ ਅੱਲਾ ਕਰੀਮ ਤੁਹਾਨੂੰ ਸਲਾਮਤ ਰੱਖੇ ਲਾ ਜੀ ਲਾਲੀਆਂ ਤੇ ਜਿਹੜੇ ਮੈਂ ਦੋਸਤ ਆ ਰਹੇ ਉਹਨਾਂ ਦੀ ਗੱਲ ਪਿਆ ਕਰਦਾ ਲਾਲੀਆਂ ਬੜੀ ਵੱਡੀ ਅਦਬੀ ਦਰਸ਼ੀ ਹੈ ਜੀ ਕਾਲ ਲੈ ਲਈਏ ਜੀ ਦੁਬਾਰਾ ਸ਼ਾਹ ਜੀ ਅਸਲਾਮ ਵਾਲੇਕੁਮ ਜੀ ਬਾਜਨ ਕੀ ਹਾਲ ਹੈ ਸ਼ਾਹ ਸਾਹਿਬ ਠੀਕ ਠਾਕ ਹੋ ਜੀ ਅਲਹਮਦੁਲਿਲਾ ਕੌਣ ਤੇ ਕਿੱਥੋਂ ਸਾਡਾ ਵੀਰ ਹੈ ਜੀ ਜਨਾਬ ਮੈਂ 106 ਸ਼ਮਾਲੇ ਚ ਬੋਲ ਰਿਹਾ ਸਰ ਜੀ ਬਾਜਵਾ ਸਾਹਿਬ ਹੋਰਾਂ ਦੇ ਪਿੰਡ ਚੋਂ ਜੀ ਬਿਸਮਿਲ੍ਲਾ ਜੀ ਆਇਆਂ ਨੂੰ ਜਨਾਬ ਜੀ ਬਾਜਨ ਮੈਂ ਸ਼ਕੀਲ ਸਿਆਲ ਬੋਲ ਰਿਹਾ ਆਪਣੇ ਭਾਈ ਕਮਰ ਸਾਹਿਬ ਆਪਣੇ ਵਾਲਦ ਸਾਹਿਬ ਅਸੀਂ ਸਾਰੀ ਫੈਮਿਲੀ ਜਨਾਬ ਤੁਹਾਡਾ ਪ੍ਰੋਗਰਾਮ ਬੜੇ ਸ਼ੌਕ ਨਾਲ ਸੁਣਦੇ ਪਏ ਔਰ ਇਸ ਦਾ ਜਵਾਬ ਹੈ ਕਿ ਸਾਰੇ ਟੱਬਰ ਨੂੰ ਮੇਰੇ ਤੇ ਇਜਾਜ਼ ਰਾਜ ਵੱਲੋਂ ਢੇਰ ਸਾਰਾ ਸਲਾਮ ਜੀ ਜਨਾਬ ਬੜੀ ਮਿਹਰਬਾਨੀ ਅੱਲਾ ਕਰੀਮ ਤੁਹਾਨੂੰ ਸਲਾਮਤ ਰੱਖੇ ਜੀ ਬਹੁਤ ਬਹੁਤ ਮਿਹਰਬਾਨੀ ਮਰੀਮ ਸਰਗੋਦਾ ਤੋਂ ਜਨਾਬ ਤਾਰੀਫ ਕਰ ਰਹੇ ਹਨ ਕਿ ਬਹੁਤ ਅੱਛਾ ਪ੍ਰੋਗਰਾਮ ਅੱਛਾ ਫਾਰੂਕ ਅਹਿਮਦ ਸਾਹਿਬ ਜੀ ਆਪਦਾ ਨਜ਼ਰ ਹੋ ਰਿਹਾ ਵੀ ਮੈਸੇਜ ਲਿਖਿਆ ਬਿਲਕੁਲ ਹਫੀਜ਼ ਸੁਲੇਮਾਨ ਸਾਹਿਬ ਨਾਲ ਨਾਲ ਯਾਦਾਂ ਮਾਰ ਗੁਲਾਮ ਅਹਿਮਦ ਦਰਦ ਦੀਆਂ ਅੱਛਾ ਅੱਛਾ ਇਹ ਹੁਣ ਪਤਾ ਨਹੀਂ ਕਿਵੇਂ ਆਈ ਡੀ ਬਣਾਈ ਹੋਈ ਹੈ ਜੀ ਆਪਣਾ ਨਾਮ ਮੈਨਸ਼ਨ ਕਰ ਸੋ ਅਸਲਾਮ ਵਾਲੇਕੁਮ ਜੀ ਰਹਿਮਾਨ ਸਾਹਿਬ ਸਤਿ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਪਣਾ ਬਚਪਨ ਹੀ ਯਾਦ ਕਰਨਾ ਨਾ ਅੱਲਾ ਕਰੀਮ ਤੁਹਾਨੂੰ ਸਲਾਮਤ ਅੱਲਾ ਕਰੀਮ ਤੁਹਾਨੂੰ ਅੱਛਾ ਸੈਦੁੱਲਾ ਜੋਈਆ ਸਾਹਿਬ ਇਨਸ਼ਾ ਜੀ ਸਲਾਮ ਪੇਸ਼ ਕਰ ਰਹੇ ਨੇ ਆਪਣੀ ਜਗ੍ਹਾ ਮੈਨਸ਼ਨ ਕੀਤੀ ਕਰੋ ਔਰ ਯਾਦਾ ਮਾਰ ਗੁਲਾਮ ਅਹਿਮਦ ਦਰਦ ਦੀਆਂ ਇਹਨਾਂ ਸਲਾਮ ਪੇਸ਼ ਕੀਤਾ ਦੱਸੋ ਜਨਾਬ ਕਿਹੜੇ ਸਾਹਿਬ ਨੇ ਕੌਣ ਜੀ ਅਸਲਾਮ ਵਾਲੇਕੁਮ
ਜੀ ਬਿਸਮਿਲ੍ਲਾ, ਮੇਰੀ ਬਹਿਣ ਮੇਰੀ ਧੀ ਖਾਲਦਾ 88 ਸ਼ਮਾਲੀ ਤੋਂ ਜੀ ਆਇਆ ਨੂੰ ਪ੍ਰੋਗਰਾਮ ਲੋਕ ਰਹਿਤਲ ਦੇ ਵਿੱਚ। ਤੁਹਾਡੀ ਹਕੀਕਤ ਖੂਬਸੂਰਤ ਗੱਲ ਬਾਤ ਕੀਤੀ ਔਰ ਸ਼ਾਹ ਜੀ ਉਹਨਾਂ ਦੱਸਿਆ ਕਿ ਇਹ ਪੰਜਾਬੀ ਇਸੇ ਤਰੀਕੇ ਹੈ ਇਹ ਪ੍ਰੋਗਰਾਮ, ਜਿੱਥੇ ਜਿੱਥੇ ਖੂਨ ਜਿਹੜੇ ਜਿਹੜੇ ਹਿੱਸੇ 'ਚ ਨਹੀਂ ਪਹੁੰਚ ਰਿਹਾ ਇਹ ਹੋਣ ਨਾਲ ਉੱਥੇ ਉੱਥੇ ਪੰਜਾਬੀ ਪਹੁੰਚ ਜਾਂਦੀ ਜੀ। ਅਸਲਾਮ ਵਾਲੇਕੁਮ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਇਜਾਜ਼ ਰਾਜ ਸਾਹਿਬ, ਕੀ ਹਾਲ ਹਾਲ ਹੈ, ਖੈਰ ਖਰੀਅਤ ਜੀ? ਅੱਲਾ ਦਾ ਕਰਮ, ਕੌਣ ਤੇ ਕਿੱਥੋਂ ਸਾਡਾ ਵੀਰ ਗੱਲ ਕਰ ਰਿਹਾ ਜੀ? ਹਾਫਿਜ਼ ਅਮੀਰ ਸਰਵਿਸ ਕਲੋਨੀ ਸਰਗੋਦਾ ਜੀ। ਬਿਸਮਿਲ੍ਲਾ ਹਾਫਿਜ਼ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ, ਹਾਫਿਜ਼ ਸਾਹਿਬ ਨਾਲ ਮੁਲਾਕਾਤ ਹੋਈ ਹੈ। ਖੈਰ ਅਜੀ ਸ਼ਾਹ ਸਾਹਿਬ ਨਾਲ ਵੀ ਗੱਲ ਕਰਾ ਸਕੋ, ਸ਼ਾਹ ਸਾਹਿਬ ਜਿਹੜੋ ਬਿਲਕੁਲ ਬੜਕਾ। ਹਾਫਿਜ਼ ਸਾਹਿਬ ਸਾਥ ਬਿਸਮਿਲ੍ਲਾ ਤੇ ਜੀ ਆਨ ਕਿਹੜੀ ਗਲੀ ਜਿੱਥੇ ਪਤਾ ਨੀ ਕਰ ਕਰਮ ਸਾਈਂ ਦੇ ਬੜੇ ਅਹਿਸਾਨ ਚੰਗਾ ਕਰਦੇ ਹੋ, ਚੰਗਾ ਕਰਦੇ ਬੜੀ ਗੱਲ ਬੜੀ ਗੱਲ ਬੜਾ ਚੰਗਾ ਚਾ ਕਰਦੇ ਹੋ। ਅੱਲਾ ਕਰੀਮ ਤੁਹਾਨੂੰ ਸਲਾਮਤ ਰੱਖੇ ਆਫ ਸਾਹਿਬ, ਜਿਉਂਦੇ ਵਸਦੇ ਰਹੋ, ਅੱਲਾ ਤਾਲਾ ਤੁਹਾਨੂੰ ਵੀ ਸਿਹਤ ਦੇਵੇ, ਲੰਮੀ ਜ਼ਿੰਦਗੀ ਦੇਵੇ ਅੱਲਾ ਤਾਲਾ, ਇਜਾਜ਼ ਸਾਹਿਬ ਨੂੰ ਵੀ ਅੱਲਾ ਪਾਕ ਸਲਾਮਤ ਰੱਖੇ ਜੀ, ਤੁਹਾਨੂੰ ਵੀ ਔਰ ਤੁਹਾਡੀਆਂ ਖੂਬਸੂਰਤ ਸਮਾਤਾ ਸਲਾਮਤ ਰਹਿਣ ਜੀ, ਤਾਂ ਸਾਡੀਆਂ ਆਵਾਜ਼ਾਂ ਦਾ ਨਿਚੋੜ ਨਿਕਲਣਾ ਜੀ। ਜਿੰਨੇ ਤੀਕਰ ਸਾਡੇ ਸਮਾਈਨ, ਸਾਡੇ ਦੋਸਤ ਬਿਰਾ ਸੰਗੀ, ਇਹਨਾਂ ਦੀਆਂ ਸਮਾਤਾਂ ਕਾਇਮ ਹਨ, ਇਹਨਾਂ ਦੀਆਂ ਸਮਾਤਾਂ ਨਾਲ ਸਾਡਾ ਪ੍ਰੋਗਰਾਮ ਖੂਬਸੂਰਤ ਬਣਦਾ ਔਰ ਆਵਾਜ਼ਾਂ ਤਾਂ ਹੀ ਸਾਡੀਆਂ ਕਾਰਾਮਾ ਦਿਨ ਸ਼ਾਹ ਜੀ। ਔਰ ਆਪਣਾ ਰਾਜੀ ਖੁਰਮ ਰਾਂਝਾ ਸਾਹਿਬ ਕਹਿ ਰਹੇ ਨੇ ਕਿ ਚੀਮਾ ਸਾਹਿਬ ਆਪਣਾ ਤਾਰਫ ਕਰਾਇਓ, ਰਮਜ਼ਾਨ ਸ਼ਹਿਰਾਜ ਸਾਹਿਬ ਜੀ। ਅਸਲਾਮ ਅਲੈਕੁਮ ਕੋਲ ਆਪਣੇ ਨੇ ਨਾ ਜੀ ਜੀ, ਕੌਣ ਤੇ ਕਿੱਥੋਂ ਵੀਰ ਸਾਡਾ ਜੀ? ਦੁਬਾਰਾ ਵੀਰ ਨਾ ਦੱਸੇ ਨਾ ਆਪਣਾ ਮੰਡੀ ਬਹਾਵਲਦੀਨ ਤੋਂ। ਅਸੀਂ ਵੀ ਤੁਹਾਡੇ ਬੇਲੀ ਹਾਂ, ਅਸੀਂ ਵੀ ਤੁਹਾਡੇ ਬਿਰਾ ਹਾਂ ਜਨਾਬ, ਅਸਾਂ ਉਹਨਾਂ ਦੇ ਨਕਸ਼ੇ ਕਦਮ ਤੇ ਉਹਨਾਂ ਦੇ ਹੀ ਜਿਹੜੇ ਜੀ ਚਾਨਣ ਪਰ ਉਹਨਾਂ ਦੇ ਹੀ ਖੁਰਿਆਂ ਤੇ ਅਸਾਂ ਟੁਰੇ ਹੋਏ ਹਾਂ ਜਨਾਬ, ਕੋਸ਼ਿਸ਼ ਕਰ ਰਹੇ ਹਾਂ ਅਸੀਂ, ਉਹ ਕਾਸਿਮ ਸ਼ਾਹ ਤਾਂ ਉੱਥੋਂ ਤੱਕ ਤਾਂ ਸਾਡੇ ਅਸੀਂ ਨਹੀਂ ਪਹੁੰਚ ਸਕਦੇ, ਲੇਕਿਨ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਜਿਹੜਾ ਡੀਵਾ ਬਾਲਿਆ ਹੋਇਆ ਇਹਨਾਂ ਦਾ ਚਾਨਣ ਜਿਹੜਾ ਤੇ ਇਸਨੂੰ ਥੋੜ੍ਹਾ ਜਿਹਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸਾਂ ਉਹਨਾਂ ਦੀ ਬਾਈ ਹੀ ਗੱਡਦੇ ਪਏ ਹਾਂ ਭਲਾ ਉਹ ਵੀ, ਜਾਂ ਇੰਜ ਆਖੋ ਕਿ ਉਹਨਾਂ ਦੇ ਸ਼ੋਰੇ 'ਚ ਖਾਂਦੇ ਪਏ। ਆਮੀਨ ਆਮੀਨ। ਤੁਸੀਂ ਆਪਣਾ ਲੋਕ ਨਹੀਂ ਦੱਸਿਆ, ਕਿਹੜੇ ਲੋਕੇ ਦਿਓ
ਬਾਹਰ ਮੂਸੇ ਤੋਂ ਬਹੁਤ ਮਿਹਰਬਾਨੀ ਜੀ ਉਦਮ ਅਸਤਰ ਬੋ ਜੀ ਪ੍ਰੋਗਰਾਮ ਸੁਣਿਆ ਕਰੋ ਇਨਸ਼ਾਅੱਲਾ ਤੋਂ ਮਹਿਸੂਸ ਹੋ ਸੋ ਜੀ ਬਹੁਤ ਸ਼ੁਕਰੀਆ ਅੱਛਾ ਰਮਜ਼ਾਨ ਸ਼ਹਿਜ਼ਾਦ ਸਾਹਿਬ ਚੱਕ 29 ਸ਼ਮਾਲੀ ਤੋਂ ਅਤੇ ਫਰਾਜ਼ ਅਬਦੁੱਲਾ ਸਾਹਿਬ ਹਨ ਸਾਡਾ ਪ੍ਰੋਗਰਾਮ ਸੁਣਦੇ ਵੀ ਪੈਣ ਅਤੇ ਗਲਬਨ ਅਫੀਸਰ ਹਨ ਕਮਿਸ਼ਨਰ ਆਫਿਸ ਦੇ ਸਨਾਉਲਾ ਜੋਈਆ ਸਾਹਿਬ ਵੀ ਆ ਰਹੇ ਨੇ ਹਾਂਜੀ ਸਨਾਉਲਾ ਜੋਈਆ ਸਾਹਿਬ ਵੀ ਆ ਰਹੇ ਨੇ ਤਾਂ ਸ਼ਾਹ ਜੀ ਇਹ ਗੱਲ ਆਉਂਦੀ ਪਈ ਆਈ ਭਲੇ ਦੀ ਤੁਸੀਂ ਹੁਣ ਗੱਲ ਕੀਤੀ ਅਤੇ ਵੇਖੋ ਗੱਲਾਂ ਖੁੱਲ੍ਹ ਗਈਆਂ ਨਾ ਕੁਫਤਾ ਅਸਾਂ ਪੁੱਛਿਆ ਹੀ ਅਤੇ ਬਾਜੀ ਪ੍ਰਵੀਨ ਭੁੱਟਾ ਸਾਹਿਬ ਦੱਸ ਦਿੱਤਾ ਕਿ ਜਿਹਨੂੰ ਅਸੀਂ ਸੋਤਾ ਆਖਦੇ ਹਾਂ ਅਸੀਂ ਇਸ਼ਾ ਦੀ ਇਸ਼ਾ ਜਨਾਬ 29 ਚੱਕ ਤੋਂ ਰਾਏ ਨਿਆਜ਼ ਹਸਨ ਨਿਆਜ਼ ਜੀ ਆਇਆਂ ਨੂੰ ਪ੍ਰੋਗਰਾਮ ਲੋਕ ਰਹਿਤਾ ਲਈ ਜੀ ਜਨਾਬ ਸਲਾਮ ਸਾਡੀ ਤਰਫੋਂ ਪੇਸ਼ ਕਰੋ ਜਨਾਬ ਮੱਥੇ ਤੇ ਹੱਥ ਰੱਖ ਕੇ ਜੀ ਮੈਂ ਜਨਾਬ ਰਾਮ ਮੱਥੇ ਤੇ ਸਲਾਮ ਪੇਸ਼ ਕੀਤਾ ਜਨਾਬ ਤੇ ਜਨਾਬ ਮੋਮਨ ਸ਼ਾਹ ਸਾਹਿਬ ਨੂੰ ਵੀ ਮੇਰਾ ਸਲਾਮ ਦਿਓ ਅੱਲਾ ਕਰੀਮ ਤੁਹਾਨੂੰ ਸਲਾਮਤ ਨਿਆਜ਼ ਦੋੜਾ ਇੱਕ ਵੈਂਦਾ ਕਰੋ ਜਨਾਬ ਟਾਈਮ ਥੋੜਾ ਜੀ ਸੁਣਾ ਜਪ ਕਰ ਜੀ ਕਰ ਨਹੀਂ ਨਹੀਂ ਕਰੋ ਕਰੋ ਜਲਦੀ ਕਰੋ ਜਨਾਬ ਅੱਛਾ ਜਨਾਬ ਕੋਈ ਤੁਹਾਡਾ ਆਵਾਜ਼ ਜਿਹੜੀ ਡਰਾਪ ਹੁੰਦੀ ਪਈ ਜੀ ਹਾਂ ਸਹੀ ਸ਼ੁਭਾਨੀ ਜੀ ਕਰੋ ਕਰੋ ਜਨਾਬ ਦੌੜਾ ਪੇਸ਼ ਕਰੋ ਜੀ ਬਹੁਤ ਅੱਛਾ ਲਿਖਾਰੀ ਹੈ ਦੌੜੇ ਦਾ ਜੀ ਬੜੀ ਮਿਹਰਬਾਨੀ ਰਾਜਨਿਆਜ਼ ਹਸਨ ਨਿਆਜ਼ ਰਾਜੀ ਮਲਕੀਤ ਸਿੰਘ ਪਰਲੇ ਚੜ੍ਹਦੇ ਪੰਜਾਬ ਤੋਂ ਸਾਨੂੰ ਦੇਖ ਵੀ ਰਹੇ ਨੇ ਸੁਣ ਵੀ ਰਹੇ ਨੇ ਔਰ ਸਲਾਮ ਵੀ ਬੜੀ ਬਾਤ ਹੈ ਜਨਾਬ ਇਹ ਸਾਡੇ ਵਾਸਤੇ ਬੜੀ ਭਾਗਾਂ ਵਾਲੀ ਗੱਲ ਆਉਂਦੀ ਸ਼ਾਹ ਜੀ ਕਿ ਪੰਜਾਬੀ ਦੇ ਮੈਂ ਤਾਂ ਇਹ ਆਖਸਾਂ ਕਿ ਜਿਹੜੀ ਚੜ੍ਹਦੇ ਪੰਜਾਬ ਵਿੱਚ ਜਿਤਨਾ ਇੱਕ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਂਦਾ ਔਰ ਸਾਂਭਿਆ ਜਾਂਦਾ ਔਰ ਜਿਤਨਾ ਇੱਕ ਉਹ ਚੌਕੀਦਾਰੀ ਕਰ ਰਹੇ ਨਾ ਪੰਜਾਬੀ ਦੀ ਕਾਸ਼ ਅੱਲਾ ਪਾਕ ਸਾਨੂੰ ਵੀ ਹਿੰਮਤ ਦੇਵੇ ਅਤੇ ਅਸੀਂ ਵੀ ਉੱਥੋਂ ਤੱਕ ਅਤੇ ਬਾਕੀ ਇਹ ਵੇ ਕਿ ਹੁਣ ਜਿਵੇਂ ਕਿ ਸਾਡਾ ਵਿਸਾਖੀ ਮੇਲਾ ਅਸੀਂ ਵੀ ਕੋਈ ਐਸਾ ਮੌਕਾ ਹੱਥ 'ਚ ਵੰਜਣ ਤਾਂ ਨਾ ਪਏ ਪੰਜਾਬੀ ਦਿੰਦੇ ਲੇਕਿਨ ਥੋੜ੍ਹਾ ਜਿਹਾ ਇਹ ਹੈ ਕਿ ਸਾਨੂੰ ਅਜੇ ਤੱਕ ਵੀ ਮੁਤਹਿਦ ਹੋਵਣ ਦੀ ਜ਼ਰੂਰਤ ਹੈ ਅਗਰ ਚੜ੍ਹਦੇ ਪੰਜਾਬ ਵਿੱਚ ਸ਼ਾਹ ਜੀ ਅਗਰ ਮੋੜ ਇੱਕ ਮੁੜਦਾ ਮੁੜਨਾ ਹੈ ਨਾ ਤਾਂ ਉਹ ਲਿਖਿਆ ਹੋਇਆ ਨਾ ਉੱਥੇ ਕਿ ਪੰਜਾਬੀ ਦੇ ਵਿੱਚ ਲਿਖਿਆ ਕਿ ਇੱਥੋਂ ਮੋੜ ਨੇ ਇਹਦਾ ਉਹਦਾ ਅਸਰ ਮੈਂ ਤੁਹਾਨੂੰ ਦੱਸਾਂ ਕਦੀ ਨਨਕਾਣਾ ਸਾਹਿਬ ਗਏ ਨਹੀਂ ਮੈਂ ਨਹੀਂ ਅਜੇ ਤੱਕ ਗਿਆ ਇੱਕ ਜਿਸਲੇ ਸਾਂਗਲੇ ਤੋਂ ਪਾਰ ਟੱਪੋ ਨਾ ਤਾਂ ਉੱਥੇ ਇੱਕ ਬੋਰਡ ਲੱਗਾ ਹੈ ਉਹਦੇ ਉੱਤੇ ਨਨਕਾਣਾ ਸਾਹਿਬ ਉਰਦੂ 'ਚ ਵੀ ਲਿਖਿਆ ਸ਼ਾਹਮੁਖੀ ਵਿੱਚ ਵੀ ਗੁਰਮੁਖੀ ਵਿੱਚ ਵੀ ਅਤੇ ਅੰਗਰੇਜ਼ੀ 'ਚ ਵੀ ਇਲਾਕਾ ਹੀ ਪੰਜਾਬੀ ਚੜ੍ਹਦੇ ਅਤੇ ਲਾਂਦੇ ਪੰਜਾਬੀ ਜਿਹੜੇ ਨੇ ਬੜਾ ਚੰਗਾ ਕੰਮ ਹੈ ਬਾ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਇਹਦੇ ਨਾਲ ਅੱਛਾ ਮੈਂ ਸ਼ਾਹ ਜੀ ਉਹ ਗੱਲ ਦੱਸਦਾ ਪਿਆ ਸੂ ਕਿ ਅੱਜ ਦੀ ਜਿਹੜੀ ਸਾਡੀ ਨਸਲ ਹੈ ਇਸ ਨੂੰ ਵੇਲਿਆਂ ਦਾ ਹੁਣ ਕੁਫਤਾ ਸਾ ਤੁਹਾਡੇ ਕੋਲ ਦੋਸਤੋ ਪੁੱਛਿਆ ਹੀ ਅਤੇ 5 ਟਾਈਮ ਦੀ ਜਿਹੜੀ ਨਮਾਜ਼ ਹੈ ਅਤੇ ਉਸਨੂੰ ਜਿਹੜੀ ਫਜਰ ਦੀ ਨਮਾਜ਼ ਅੱਜ ਕੱਲ੍ਹ ਅਸੀਂ ਪੰਜਾਬੀ ਦੇ ਵਿੱਚ ਫਜਰ ਹੁਣ ਉਰਦੂ ਦਾ ਲਫ਼ਜ਼ ਹੈ ਲੇਕਿਨ ਅਸਾਂ ਫਜਰ ਅੱਜ ਦੀ ਨਸਲ
ਨੂੰ ਫਜਰ ਦਾ ਸਿਰਫ ਪਤਾ ਹੈ। ਤਾਂ ਪੁਰਾਣੇ ਜਿਹੜੇ ਸਾਡੇ ਬਜ਼ੁਰਗ ਹਨ ਉਹ ਜਨਾਬ ਸੱਦੇ ਹੁੰਦੇ ਹਨ ਦੰਮੀ ਦੰਮੀ ਦੀ ਨਮਾਜ਼। ਅੱਛਾ ਬਾਤ, ਜਿਹੜੀ ਤੁਸੀਂ ਜ਼ੁਹਰ ਦੀ ਨਮਾਜ਼ ਪੜ੍ਹਦੇ ਹੋ ਤਾਂ ਜ਼ੁਹਰ ਵੇਲੇ ਦੀ ਅੱਜ ਦੀ ਨਸਲ ਜਿਹੜੀ ਸਾਡੀ ਉਸਨੂੰ ਜ਼ੁਹਰ ਦਾ ਹੀ ਪਤਾ ਹੈ ਜਾਂ ਜ਼ਿਆਦਾ ਤੋਂ ਜ਼ਿਆਦਾ, ਹਾਂ ਮਤਲਬ ਇਹ ਕਿ ਪੇਸ਼ੀ ਦਾ ਨਹੀਂ ਪਤਾ। ਅੱਛਾ ਅੱਗਾ ਅਸਰ ਆ ਵੰਜੇ ਤਾਂ ਅਸਰ ਦੀ ਨਮਾਜ਼ 'ਤੇ ਜਾ ਰਹੇ ਹਾਂ, ਇਹ ਅੱਜ ਕੱਲ੍ਹ ਦੇ ਵਾਲਦੈਨ ਵੀ ਇਹ ਵਰਤਦੇ ਹਨ ਲਫ਼ਜ਼, ਅਤੇ ਜਦਕਿ ਦੀਗਰ ਸੱਦਦੇ ਹਨ ਜਨਾਬ। ਹੋਵੇ ਕੁਝ ਨਾ ਸ਼ਹਿਰਾਂ ਦਾ ਜਿਹਨਾਂ ਡੀਗਰ ਲਫ਼ਜ਼ ਵਰਤ ਕੇ ਦੱਸਿਆ। ਬਿਲਕੁਲ, ਦੀਗਰ ਔਰ ਡੀਗਰ। ਅੱਛਾ ਵੱਧ ਅੱਗਾ ਆਵੀਏ ਤਾਂ ਜਿਹੜੀ ਮਗਰਬ ਦੀ ਸ਼ਾਮ ਦੀ ਨਮਾਜ਼ ਹੈ ਤਾਂ ਉਸਨੂੰ ਨਿਮਾਸ਼ਾਂ ਵੇਲੇ ਦੀ ਨਿਮਾਸ਼ਾਂ ਸੱਦਦੇ ਹਨ। ਅਤੇ ਜਨਾਬ ਜਿਹੜੀ ਇਸ਼ਾ, ਜਿਵੇਂ ਕਿ ਸਾਡੀ ਭੈਣ ਪਰਵੀਨ ਭੁੱਟਾ ਸਾਹਿਬਾ ਦੱਸਿਆ ਕਿ ਉਹ ਸੋਤਾ ਜੀ ਸੋਤਾ ਸੱਦਣ ਔਰ ਕੁਫਤਾਂ ਵੀ ਸੱਦਣ ਕਿ ਕੁਫਤਾਂ ਦੀ ਨਮਾਜ਼ ਪੜ੍ਹ ਕੇ ਅਤੇ ਉਸ ਤੋਂ ਬਾਅਦ ਬਸ ਸੋਤਾ, ਤਾਂ ਉਸ ਤੋਂ ਬਾਅਦ ਹੁੰਦਾ ਕਿ ਜਦੋਂ ਸਵਣ ਦਾ ਵੇਲਾ ਹੋਵੇ ਉਹਨੂੰ ਸੋਤਾ ਸਦੀਂਦਾ। ਤਾਂ ਦੋਸਤੋ ਪ੍ਰੋਗਰਾਮ ਜਿਹੜਾ ਉਹ ਸਾਡਾ ਦਿਲ ਨਹੀਂ ਕਰਦਾ ਹੁੰਦਾ ਕਿ ਅਸੀਂ ਕੱਲ੍ਹ, ਬਿਲਕੁਲ ਆਪਣੇ ਦੋਸਤਾਂ ਨੇ, ਸਾਡਾ ਦਿਲ ਨਹੀਂ ਕਰਦਾ ਕਿ ਅਸਾਂ ਤੁਹਾਡੇ ਕੋਲੋਂ ਇਹ ਡੇਰਾ ਛੋੜ ਕੇ ਅਤੇ ਹਟੀਏ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਸਾਰੇ ਡੇਰੇਦਾਰ ਜਿਹੜੇ ਨੇ ਸਾਡੇ ਨਾਲ ਜੁੜੇ ਬੈਠੇ ਨੇ ਔਰ ਹੁੱਕਾ ਜਿਹੜਾ ਤਾਂ ਸਾਰਿਆਂ ਪਾਸੇ ਫੇਰਨਾ ਹੁੰਦਾ। ਰਾਜ, ਅੱਜ ਕਹੁੰਦਿਆਂ ਮੈਂ ਗੱਲ ਵੇਖੀ ਆ ਨਿੱਕੀ ਜੀ ਜੀ ਕਰੋ ਬੰਦਾ ਸਾਈਕਲ 'ਤੇ ਆ, ਇਮਤਿਆਜ਼ ਹੁਸੈਨ ਉਸ ਬੰਦੇ ਦਾ ਨਾਂ ਆ, ਮੈਂ ਉਸ ਕੋਲੋਂ ਪੁੱਛਿਆ ਕਿ ਯਾਰ ਮਨਜ਼ੂਰ ਕਲੋਨੀ ਕਿੱਥੇ, ਮੈਂ ਬਾਈਕ 'ਤੇ ਆ ਮੋਟਰਸਾਈਕਲ 'ਤੇ, ਅਤੇ ਉਹ ਮਤਲਬ ਸਾਈਕਲ 'ਤੇ, ਉਹ ਯਾਰ ਸ਼ਰੀਫ ਆਦਮੀ ਖਲੋ ਗਿਆ, ਸਕਿਉਰਟੀ ਗਾਰਡ ਆ ਉਹ। ਮੈਂ ਉਹਨੂੰ ਪੁੱਛਿਆ ਪਹਿਲਾਂ ਉਹ ਵੀ ਬਾਰਿਸ਼ ਹੈ ਬਜ਼ੁਰਗ ਆਦਮੀ, ਤਾਂ ਮੈਂ ਪੁੱਛਿਆ, ਨਹੀਂ ਤਾਂ ਕਿਸੇ ਹੋਰ ਹੀ ਕੋਲ ਪੁੱਛਾ ਤੂੰ ਸਕੜਾ ਇੱਥੋਂ ਮੁੜ ਕੇ ਇੱਧਰ ਲੋ ਜੇ ਤਾਂ ਉੱਥੇ ਲਾਉਣਾ ਅਤੇ ਉੱਥੋਂ ਉਹ ਫਲਾਣੀ ਥਾਂ ਜਿਹੜੇ ਉਸ, ਮੈਂ ਰੱਖਿਆ ਉਹ 47 ਤੋਂ ਥੱਲੇ ਲਾਉਣਾ ਅਤੇ ਮਨਜ਼ੂਰ ਕਲੋਨੀ ਅੰਜ ਕਰਕੇ ਟੁਰ ਜਾਣਾ, ਉੱਥੇ ਉਹ ਬੱਚਿਆਂ ਦਾ ਸੈਂਟਰ। ਯਾਰ ਮੈਨੂੰ ਬੜਾ ਮਜ਼ਾ ਆਇਆ ਉਸ ਬੰਦੇ 'ਤੇ ਬੋਲਣ ਦਾ ਅੰਦਾਜ਼, ਖਲੋ ਗਿਆ ਲੈ ਕੇ, ਅੱਲਾ ਕਰੇ ਕਿ ਇਹੋ ਜਿਹੇ ਬੰਦੇ ਚਾਰ ਜੀ ਅੱਲਾ ਪਾਕ ਮੇਰੀ ਇਸ ਧਰਤੀ ਨੂੰ ਦਿੱਤੀ। ਦੋਸਤੋ ਪ੍ਰੋਗਰਾਮ ਜਿਹੜਾ ਉਸਦਾ ਵੇਲਾ ਮੁੱਕ ਗਿਆ ਅਤੇ ਦੋਸਤਾਂ ਦੇ ਨਾਂ ਅੱਜ ਰਹਿ ਗਏ, ਕੱਲ੍ਹ ਇਨਸ਼ਾਅੱਲਾ ਤਾਲਾ ਦੋਸਤੋ ਸਾਰਿਆਂ ਨੂੰ ਯਾਦ ਕਰਸਾਂ ਅੱਲਾ ਦੇ ਹੁਕਮ ਨਾਲ। ਬਾਬਾ ਨਜ਼ੀਰ ਹੋਰਾਂ ਦਾ ਤਾਂ ਜਵੇਦ ਬਾਜਵਾ ਸਾਹਿਬ ਆਏ ਨੂੰ, ਆਪਣੇ ਸੰਗੀ ਸਾਥੀ ਸਾਰੇ ਜਿਹੜੇ ਨੇ ਉਹ ਸੰਭਾਲੇ ਨੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਨੂੰ ਸੰਭਾਲੀਏ, ਲੇਕਿਨ ਵਕਤ ਦੀ ਕਿੱਲਤ ਹੁੰਦੀ ਹੈ ਦੋਸਤੋ। ਵੱਤ ਤੁਹਾਨੂੰ ਪਤਾ ਹੈ ਕਿ ਹਰ ਬੰਦਾ ਜਿਹੜਾ ਤਾਂ ਉਹ ਅੱਜ ਕੱਲ੍ਹ ਦੇ ਦੌਰ 'ਚ ਉਹ ਗਹਿਮਾ ਗਹਿਮੀ ਦਾ ਦੌਰ ਹੈ ਸ਼ਾਹ ਜੀ, ਅਤੇ ਵਕਤ ਜਿਹੜਾ ਉਹ ਵੰਡੇ ਹੋਏ ਨੇ, ਅਤੇ ਸਾਡਾ ਵੀ ਵਕਤ ਵੰਡੇ ਹੋਇਆ, ਤੁਹਾਡਾ ਸਾਡਾ, ਅਤੇ ਵਕਤ ਜਨਾਬ ਉਹ ਵਿਹਲਾ ਹੋ ਗਿਆ ਖਤਮ। ਅਤੇ ਸ਼ਾਹ ਜੀ ਲੈਂਦੇ ਪਏ ਇਜਾਜ਼ਤ ਦੋਸਤਾਂ ਕੋਲੋਂ, ਇਨਸ਼ਾਅੱਲਾ ਕੱਲ੍ਹ 7 ਵਜੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋ ਸੀ, ਅਤੇ ਕੁਛ ਲਫ਼ਜ਼ ਹੋਰ ਤੁਹਾਨੂੰ ਅਸੀਂ ਦੱਸਾਂ ਜਿਹੜੇ ਕਿ ਪੰਜਾਬੀ ਦੇ ਸਾਡੇ ਵਰਤੇ ਵਹਿੰਦੇ ਨੇ ਔਰ ਜਿਹੜੇ ਕਿ ਕੁਛ ਮਰਦੇ ਵਹਿੰਦੇ ਨੇ ਔਰ ਕੁਛ ਜਿਹੜੇ ਨੇ। ਤਾਂ ਦਿਓ ਇਜਾਜ਼ਤ ਜਨਾਬ, ਰੱਬ ਰਾਖਾ, ਪਾਕਿਸਤਾਨ ਜ਼ਿੰਦਾਬਾਦ।